ਇੱਕ ਓਅੰਕਾਰ ਸਤ ਗੁਰ ਪ੍ਰਸਾਦ ਪਤਿਤ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਪਤਿਤ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸ ਹੈ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਛੋਟ ਕੁਵਟੜੀ ਇਕਸ ਸੌ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਦੂਜੀ ਛੋਟ ਕੁਵਟੜੀ ਇਕਸ ਸੌ ਚਿਤ ਲਾਏ ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਸਰਬ ਕਲਾ ਸਮਰੱਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਪ੍ਰਵਾਹ ਵਿੱਚੋਂ ਪੰਜਵੇਂ ਸਤਿਗੁਰੂ ਦੇ ਅੰਮ੍ਰਿਤ ਵਚਨ ਆਪ ਜੀ ਨੇ ਅਤੇ ਦਾਸ ਨੇ ਸਰਵਣ ਕੀਤੇ। ਅਰਦਾਸ ਕਰੋ ਹਾਜ਼ਰ ਹਜ਼ੂਰ ਸਤਿਗੁਰੂ ਜੀ, ਇਹਨਾਂ ਹੁਣ ਅੰਮ੍ਰਿਤ ਵਚਨਾਂ ਦੀ ਸਾਨੂੰ ਵਿਚਾਰ ਬਖਸ਼ੋ ਜੀ। ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪੰਜਵਾਂ। ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਪਤਤ ਉਦਾਹਰਣ ਪਾਰ ਬ੍ਰਹਮ। ਸਮਰੱਥ ਪੁਰਖ ਅਪਾਰ। ਆਖੋ ਵਾਹਿਗੁਰੂ। ਚੰਗੀ ਤਰ੍ਹਾਂ ਸੁਣੋਗੇ ਤੇ ਅਰਥ ਆਪੇ ਬਣ ਜਾਣਾ ਹੈ। ਪਤਤ ਉਦਾਹਰਣ ਪਾਰ ਬ੍ਰਹਮ, ਛੋਟੀ ਜਿਹੀ ਪਾਵਰ ਨਹੀਂ। ਸਮਰੱਥ ਪੁਰਖ ਅਪਾਰ, ਪੀ ਪੀ ਕੇ ਪੜੋਗੇ ਤੇ ਸੱਚੀ ਮੁੱਚੀ ਅੰਮ੍ਰਿਤ ਦੀ ਧਾਰਾ ਅੰਦਰ ਜਾਓਗੇ। ਇਹ ਅੰਮ੍ਰਿਤ ਕੀ ਬਾਣੀ ਹੈ ਰੇ, ਇਹ ਬਾੜੀ ਬਾੜੀ ਬਗੀਚੀ, ਇਹਦੇ ਵਿੱਚ ਸੁਰਤ ਨੂੰ ਲੈ ਕੇ ਜਾਓਗੇ ਅਤੇ ਸੁਗੰਧੀ ਨਾਲ ਭਰੋਗੇ। ਇਹਦਾ ਇੱਕ ਇੱਕ ਅਕਸ਼ਰ ਖਿੜਿਆ ਹੋਇਆ ਫੁੱਲਿਆ। ਪਤਤ ਫੜੋ, ਉਦਾਹਰਨ ਫੜੋ, ਪਾਰ ਬ੍ਰਹਮ ਫੜੋ, ਸਮਰੱਥ ਫੜੋ, ਪੁਰਖ ਅਪਾਰ, ਜਿੰਨੇ ਸ਼ਬਦ ਨੇ ਕਿਤੇ ਐਵੇਂ ਨਹੀਂ ਇੱਥੋਂ ਉੱਠੇ ਨੇ, ਤੁਰਕੀ ਬਾਣੀ 'ਚੋਂ। ਇਹ ਤੁਰੋਂ ਉੱਠੇ ਹੋਏ ਗੁਰੂ ਦੇ ਬਚਨ ਅੰਮ੍ਰਿਤ। ਸਾਹਿਬ ਕਹਿੰਦੇ ਉਹ ਸਭ ਤਾਕਤਾਂ ਦਾ ਮਾਲਕ ਜਿਹੜਾ ਵਾਹਿਗੁਰੂ ਪਰਮੇਸ਼ੁਰ ਹੈ, ਉਹਦੀ ਇੱਕ ਵਡਿਆਈ ਹੈ। ਉਹ ਬੜੇ ਬੜੇ ਵੱਡੇ ਵਿਕਾਰੀ ਜਿਹੜੇ ਪਤਤ ਨੇ ਨਾ, ਉਹਨਾਂ ਨੂੰ ਬਚਾਉਂਦਾ ਹੈ, ਜਿਹਦੇ 'ਤੇ ਮਿਹਰ ਕਰਦਾ ਹੈ, ਜਿਹਦੀ ਜ਼ਿੰਦਗੀ 'ਚ ਬਾਣੀ ਦਾ ਪ੍ਰਵਾਹ ਚੱਲ ਪੈਂਦਾ ਹੈ। ਬੜੇ ਬੜੇ ਵਿਕਾਰੀ ਪੁਰਸ਼ ਵੀ ਵਿਕਾਰ ਕਰਨੋਂ ਹਟ ਜਾਂਦੇ ਆ। ਆਖੋ ਵਾਹਿਗੁਰੂ। ਪਤਾ ਲੱਗਾ ਕੀ ਕਿਹਾ? ਵਿਕਾਰੀ ਪੁਰਸ਼ ਵੀ ਵਿਕਾਰ ਕਰਨੋਂ ਹਟ ਜਾਂਦੇ। ਕੱਲ੍ਹ ਇੱਕ ਪ੍ਰੇਮੀ ਗੁਰਮੁਖ ਪਿਆਰਾ ਮਿਲਿਆ ਸੀ। ਉਹ ਕਹਿੰਦਾ ਸੀ ਮੈਂ ਕੋਈ ਗੁਨਾਹ ਨਹੀਂ ਜਿਹੜਾ ਨਹੀਂ ਕੀਤਾ, ਖੈਰ ਪੈ ਗਈ, ਐਸ ਘਰੋਂ ਖੈਰ ਪੈ ਗਈ, ਬਾਬੇ ਨਾਨਕ ਦੇ ਘਰੋਂ ਖੈਰ ਪੈ ਗਈ। ਇੱਥੋਂ ਤੱਕ ਵੀ ਹੁਣ ਅੰਮ੍ਰਿਤ ਵੇਲੇ ਮੇਰਾ ਨਾਂ ਲੈਣ ਨੂੰ ਦਿਲ ਨਹੀਂ ਕਰਦਾ, ਜਿਹੜੇ ਜਿਹੜੇ ਨਸ਼ਿਆਂ ਦੀ ਉਹਨੇ ਗੱਲ ਕੀਤੀ ਵੀ ਮੈਂ ਇਹ ਨਸ਼ੇ ਕਰਦਾ ਸਾਂ। ਮਗਰ ਜਿੱਦਣੇ ਦੀ ਨਜ਼ਰ ਹੋਈ ਸਤਿਗੁਰ ਖੋਟਿਓ ਖਰੇ, ਇਸ ਤਰ੍ਹਾਂ ਦੀ ਉਹਦੀ ਨਜ਼ਰ ਆ। ਖੋਟੇ ਸਿੱਕੇ ਨੂੰ ਖਰਾ ਬਣਾਤਾ, ਅੱਜ ਖਰਾ ਹੈ ਉਹ, ਅੱਜ ਖਰਾ ਹੈ ਪੂਰਾ। ਆਖੋ ਵਾਹਿਗੁਰੂ। ਅੱਜ ਵੀ ਸ਼ਬਦ ਵਿੱਚ ਸਾਹਿਬ ਕਹਿੰਦੇ ਪਤਤ ਉਦਾਹਰਨ ਪਾਰ ਬ੍ਰਹਮ। ਪਤਤਾਂ ਦਾ ਭਲਾ ਕਰਨ ਵਾਲਾ, ਵਿਕਾਰੀਆਂ ਨੂੰ ਬਚਾਉਣ ਵਾਲਾ ਵਿਕਾਰਾਂ ਤੋਂ, ਉਹ ਛੋਟੀ ਪਾਵਰ ਨਹੀਂ,
ਸਮਰੱਥ ਪੁਰਖ ਅਪਾਰ, ਸਮਰੱਥ ਪੁਰਖ ਅਪਾਰ ਹੈ, ਉਹਦਾ ਕੋਈ ਪਾਰ ਨਹੀਂ ਹੈ। ਜਿਸ ਹੈ ਉਧਾਰੇ ਨਾਨਕਾ, ਤੂੰ ਸਿਮਰੇ ਸਿਰਜਣਹਾਰ। ਆਖੋ ਵਾਹਿਗੁਰੂ। ਵਾਹਿਗੁਰੂ ਮਹਾਰਾਜ, ਤੁਸੀਂ ਕਹਿੰਦੇ ਹੋ ਪਤਤਾਂ ਦਾ ਉਧਾਰ ਕਰਦਾ ਹੈ, ਜਿਹਦਾ ਜਿਹਦਾ ਉਹਨੇ ਉਧਾਰ ਕਰ ਦਿੱਤਾ ਹੈ ਉਹਦੀ ਨਿਸ਼ਾਨੀ ਕੀ ਹੈ? ਨਹੀਂ ਫਿਰ ਫੜੋ, ਜਿਹਦਾ ਜਿਹਦਾ ਉਹਨੇ ਉਧਾਰ ਕਰਤਾ ਉਹਦੀ ਨਿਸ਼ਾਨੀ ਕੀ ਹੈ? ਜਿਸੇ ਉਧਾਰੇ ਨਾਨਕਾ, ਇੱਥੇ ਤੱਕ ਲੋ ਜੋ, ਇਹ ਨਿਸ਼ਾਨੀ ਹੋਊਗੀ ਉਹਦੀ ਜਿਹਦੇ ਸਿਰ 'ਤੇ ਉਹਨੇ ਹੱਥ ਰੱਖ ਕੇ ਉਹਦਾ ਭਲਾ ਕਰਤਾ ਹੈ। ਸੋ ਸਿਮਰੇ ਸਿਰਜਣਹਾਰ, ਉਹ 24 ਘੰਟੇ ਫਿਰ ਵਾਹਿਗੁਰੂ 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 ਵਾਹਿਗੁਰੂ, ਇਹ ਨਿਸ਼ਾਨੀ ਜੇ ਸੁਧਰੇ ਹੋਏ ਦੀ। ਜੁੜੋ ਆਪਣੇ ਆਪ ਨੂੰ ਇਕੱਠਾ ਕਰਕੇ, ਸਤਨਾਮ ਸ੍ਰੀ ਵਾਹਿਗੁਰੂ। ਜਿਸੇ ਉਧਾਰੇ ਨਾਨਕਾ, ਪਕੜ ਲਿਆ ਉਹਦੇ ਕੀ ਸਾਈਨ ਨੇ ਜੀ, ਉਹਦੀਆਂ ਕੀ ਨਿਸ਼ਾਨੀਆਂ ਨੇ, ਵੀ ਇਸ ਬੰਦੇ ਨੂੰ ਥੋੜ੍ਹਾ ਜਿਹਾ ਬਾਹੋਂ ਫੜ ਕੇ ਰੱਬ ਨੇ ਰਾਹ ਪਾ ਦਿੱਤਾ ਹੈ, ਇਹਦਾ ਉਧਾਰ ਕਰਤਾ ਹੈ। ਆਂਦੇ ਉਹਦੀ ਇਹ ਨਿਸ਼ਾਨੀ ਹੈ, ਉਹ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ ਹੈ। ਐਵੇਂ ਨਾ ਸਮਝਣਾ ਵੀ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਕਿਤੇ ਤੁਸੀਂ ਉਹਦੀ ਨਜ਼ਰ ਵਿੱਚ ਨਹੀਂ। ਲਿਖ ਦਿੱਤਾ ਹੈ ਵੀ ਇਹ ਉਹਦੀ ਨਿਸ਼ਾਨੀ ਆ, ਇਹਦੀ ਜ਼ਿੰਦਗੀ ਦੇ ਸਾਈਨ ਨੇ। ਜਿਹੜਾ ਬੰਦਾ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ ਹੈ, ਸਿਮਰਨ ਕਰਨ ਲੱਗ ਪਿਆ ਹੈ, ਉਹਦੀ ਇਹ ਨਿਸ਼ਾਨੀ ਆ। ਸੋ ਸਿਮਰੇ ਸਿਰਜਣਹਾਰ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸੋ ਗੁਰਸਿੱਖ ਗੁਰੂ ਮਨ ਪਾਵੇ, ਚੰਗਾ ਲੱਗਣ ਲੱਗ ਪਿਆ। ਉਹ ਭੈਣੋ ਵੀਰੋ ਬੱਚਿਓ ਗੁਰਸਿੱਖੋ, ਇੰਨੀ ਠੰਡ ਵਿੱਚ ਮੈਂ ਵੇਖਿਆ ਮੁੱਲਾਂਪੁਰ ਵਾਲਾ ਇਤਨਾ ਹੱਥ ਮਲ ਰਿਹਾ ਸੀ, ਅਤੇ ਸੁਭਾਵਿਕ ਆ, ਇੱਕ ਹੋਰ ਵੀਰ ਮਲ ਰਿਹਾ, ਸੁਭਾਵਿਕ ਆ, ਠੰਡ ਹੈ ਬੜੀ। ਮਗਰ ਜੇ ਇਸ਼ਕ ਲੱਗ ਗਿਆ ਨਾ, ਰੱਤੇ 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 ਇਸ਼ਕ ਖੁਦਾਏ, ਇੱਕ ਉਹ ਵੀ ਨੇ ਜਿਹੜੇ ਘੜੀ ਕੁ ਨੂੰ ਉੱਠਣੇ ਨੇ, ਨਾਸ਼ਤਾ ਕਰਨਾ, ਦੁਕਾਨ 'ਤੇ ਜਾਣਾ, ਭਲਾ ਹੈ, ਕਿਰਤ ਕਰਨੀ ਚਾਹੀਦੀ। ਮਗਰ ਉਹਦੀ ਜ਼ਿੰਦਗੀ ਅਤੇ ਇਸ ਜ਼ਿੰਦਗੀ 'ਚ ਬਹੁਤ ਫਰਕ ਆ। ਚਾਲਾ ਨਿਰਾਲੀ, ਇਹ ਉਹ ਚਾਲ ਹੈ, ਇਹ ਉਹ ਰਾਹ ਹੈ, ਇਹ ਉਹ ਤੋਰ ਹੈ,
ਵਿਖਮ ਮਾਰਗ, ਔਖੇ ਰਾਹ 'ਤੇ ਤੁਰਨਾ, ਠੰਡ ਵਿੱਚ ਉੱਠਣਾ, ਜਾਗਾ ਪਰੇ ਹੋ, ਤੂੰ ਮੇਰੇ ਰਸਤੇ 'ਚ ਰੋੜਾ ਥੋੜ੍ਹਾ ਪਾ ਦੇਂਗੀ, ਮੇਰੇ ਵਡੇਰੇ ਮੈਨੂੰ ਰਾਹ ਦੱਸ ਗਏ ਨੇ ਵੀ ਜੇ ਪ੍ਰੀਤਮ ਪਿਆਰੇ ਦੀ ਖੁਸ਼ੀ ਲੈਣੀ ਹੈ ਤਾਂ ਸਰਸਾ 'ਚ ਛਾਲ ਮਾਰਨੀ ਪੈਣੀ ਹੈ, ਰੁੜਨ ਦਾ ਅਤੇ ਪਾਰ ਲੰਘਣ ਦਾ ਮਨ 'ਚ ਨਹੀਂ ਫਿਕਰ ਰੱਖਣਾ, ਰੁੜ ਜਾਂਗੇ ਪਾਰ ਲੱਗ ਜਾਂਗੇ, ਪ੍ਰੀਤਮ ਪਿਆਰੇ ਦਾ ਹੁਕਮ ਆ। ਇੰਨੀ ਸਰਦੀ ਵਿੱਚ, ਇੰਨੀ ਠੰਡ ਵਿੱਚ ਆ ਜਿਹੜੀ ਚੜ੍ਹੀ ਹੋਈ ਨੱਕੋ ਨੱਕ ਸਰਸਾ, ਇਹਦੇ 'ਚ ਛਾਲਾਂ ਮਾਰ ਦਿਓ। ਆਖੋ ਵਾਹਿਗੁਰੂ ਅਤੇ ਸੋਚਿਆ ਤਾਂ ਕਿਸੇ ਨਹੀਂ, ਕਿ ਸੋਚਿਆ ਬੋਲੋ। ਤਾੜ ਤਾੜ, 7 ਸਾਲ ਦਾ, 9 ਸਾਲ ਦਾ ਪਚੰਗੀ ਛਾਲਾਂ ਮਾਰਤੀਆਂ। ਅਸੀਂ ਇਤਿਹਾਸ ਇਸ ਤਰ੍ਹਾਂ ਦਾ ਪੜ੍ਹਦੇ ਵੀ ਘੋੜਿਆਂ 'ਤੇ ਚੜ੍ਹੇ ਸੀ, ਘੋੜਾ ਇੱਕੋ ਹੀ ਸੀ ਉਦਨ ਸਾਹਿਬ ਕੋਲ, ਜਿੱਥੇ ਸਰਕਾਰ ਆਪ ਸੀ, ਫੋਟੋਆਂ ਬਣਾਈਆਂ ਨੇ ਮਾਂ ਗੁਜਰੀ ਨੂੰ ਘੋੜੇ 'ਤੇ ਚੜ੍ਹਿਆ। ਤੁਸੀਂ ਇਤਿਹਾਸ ਪੜ੍ਹੋਗੇ ਕਦੀ, ਅਤੇ ਆਨੰਦਗੜ੍ਹ ਦੇ ਕਿਲੇ ਦੇ ਵਿੱਚ ਭੁੱਖ ਦੇ ਦੁੱਖੋਂ ਨੀਲਾ ਸ਼ਹੀਦ ਹੋ ਗਿਆ, ਸਾਰੇ ਘੋੜੇ ਭੁੱਖ ਨਾਲ ਮਰ ਗਏ, ਅੱਜ ਦਿਨ ਸਰਕਾਰ ਪੈਦਲ ਸੀ। ਆਖੋ ਵਾਹਿਗੁਰੂ, ਇੱਕੋ ਹੀ ਘੋੜਾ ਸੀ ਜਿੱਥੇ ਸਾਹਿਬ ਚੜ੍ਹੇ। ਤੁਸੀਂ ਸੋਚੋ ਉਹ ਬਜ਼ੁਰਗ ਮਾਂ ਨੇ ਬੱਚਿਆਂ ਨੂੰ ਕਿਸ ਤਰ੍ਹਾਂ ਘੁੱਟ ਕੇ ਫੜਿਆ ਹੋਊ। ਉਹੀ ਘੋੜਾ ਆਨੰਦਗੜ੍ਹ ਦੇ ਕਿਲੇ 'ਚੋਂ ਉੱਠਿਆ, ਚਮਕੌਰ ਦੀ ਗੜੀ 'ਚ ਗਿਆ, ਉਹੀ ਘੋੜਾ ਨਿਹੰਗ ਖਾਂ ਦੀ ਹਵੇਲੀ ਵਿੱਚ ਗਿਆ, ਜਿਹਨੂੰ ਸਾਫ਼ ਕਰਨ ਨੂੰ ਕੱਪੜਾ ਮੰਗਿਆ। ਆਖੋ ਵਾਹਿਗੁਰੂ, ਇਤਿਹਾਸ 'ਤੇ ਨਿਗਾਹ ਰੱਖਿਆ ਕਰੋ। ਅੱਜ ਦੇ ਦਿਨਾਂ ਵਿੱਚ ਤਾਂ ਇੱਕ ਵਾਰ ਸੀਨਰੀ ਘੁਮਾਇਆ ਕਰੋ ਦਿਮਾਗ ਵਿੱਚ। ਉਸੇ ਘੜੇ ਘੋੜੇ ਨੂੰ, ਗਿੱਲੇ ਹੋਏ ਨੂੰ, ਸਰਸਾ ਦੇ ਵਿੱਚੋਂ ਨੰਗੇ ਨੂੰ, ਉਹਨੂੰ ਸੁਕਾਉਣ ਲਈ ਕੱਪੜਾ ਮੰਗਿਆ। ਉਹਨਾਂ ਕਿਹਾ ਕੱਪੜਾ ਤਾਂ ਕੋਈ ਨਹੀਂ, ਆ ਪੱਠਾ ਜੇ। ਅਤੇ ਸਾਹਿਬ ਨੇ ਕਿਹਾ ਚੰਗਾ, ਕੋਈ ਗੱਲ ਨਹੀਂ, ਪੱਠਾ ਜੇ ਤਾਂ ਪੱਠੇ ਵੱਲ ਨੂੰ ਕਰਤਾ, ਸੁਣਿਆ ਜੇ ਕਿ ਨਹੀਂ ਇਤਿਹਾਸ, ਅਤੇ ਪੱਠੇ 'ਤੇ ਪੌੜ ਲੱਗੇ ਮੇਰੇ ਨੀਲੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਦੇ ਘੋੜੇ ਦੇ, ਚਿੱਟੇ ਦੇ ਬੱਗੇ ਦੇ, ਅਤੇ ਪੱਠਾ ਸ਼ਾਂਤ ਹੋ ਗਿਆ। ਤੁਸੀਂ ਅਰਦਾਸ ਕਰੋ, ਇੱਥੇ ਵੀ ਬਹੁਤ ਪੱਠੇ ਨੇ, ਇੱਥੇ ਵੀ 24 ਘੰਟੇ ਅੱਗ ਲੱਗੀ ਵਕਾਰਾਂ ਦੀ, ਕਿਤੇ ਸਾਹਿਬਾ ਉਸ ਪੱਠੇ 'ਤੇ ਕਦਮ ਰਖਾਏ ਸੀ ਘੋੜੇ ਦੇ, ਇੱਥੇ ਵੀ ਚਰਨ ਰੱਖ ਦੇ, ਇੱਥੇ ਵੀ ਜਲਦੀ ਬਲਦੀ ਮੇਰੀ ਸੁਰਤ ਨੂੰ ਮਹਾਰਾਜ ਠੰਡ ਪਾ ਦਿਆ। ਆਖੋ ਵਾਹਿਗੁਰੂ, ਹੱਥ ਜੋੜਿਓ, ਚੇਤੇ ਰੱਖਿਆ ਕਰੋ ਅੱਜ ਦੇ ਦਿਨ ਵੀ ਆਹ ਗੁਰਦੁਆਰੇ ਦੁੱਖ ਨਿਵਾਰਨ ਕਾਰ 'ਚ ਜਾਣਾ, ਸਕੂਟਰ 'ਤੇ ਆਉਣਾ, ਇਹ ਬਹੁਤ ਮੇਰੇ ਲਈ ਛੋਟੀ ਕਹਾਣੀ ਆ। ਇੰਨੀ ਠੰਡ 'ਚ ਵੀ ਆਉਣਾ, ਪਾਲਾ ਕੱਖਰ ਬਰਫ ਵਰਸੇ ਵੀ ਗੁਰ, ਅਤੇ ਜਿੰਨੀ ਵੀ ਠੰਡ ਆ ਜਿਹੜੇ ਤੁਸੀਂ ਆਏ ਹੋ ਨਾ, ਸੱਚੀ ਮੁੱਚੀ ਜਿੰਨਾ ਸਖਤ ਕੰਮ ਕਰੀਏ। ਆਖੋ ਵਾਹਿਗੁਰੂ, ਇੱਥੋਂ ਦੀਆਂ ਸਰਕਾਰਾਂ ਤਾਂ ਗਰੀਬ ਨੂੰ ਮਾਰਦੀਆਂ ਨਾ, ਬਾਹਰ ਜਾ ਕੇ ਵੇਖੋ, ਜਿੰਨਾ ਸਖਤ ਕੰਮ ਕਰੋਗੇ ਓਨੀ ਪੇਮੈਂਟ ਜ਼ਿਆਦਾ ਹੈ। ਜਿੰਨੇ ਤੁਸੀਂ ਇਤਰਾਂ ਦੇ ਭਾਵ ਵਿੱਚ ਇੰਨੇ ਮੌਸਮ ਵਿੱਚ ਚੱਲ ਕੇ ਆਇਓ, ਦੇਖ ਰਿਹਾ ਤੁਹਾਡੇ ਠਰਦੇ ਹੱਥਾਂ ਨੂੰ ਮੇਰਾ ਗੁਰੂ ਵੇਖ ਰਿਹਾ ਹੈ, ਉਹਨਾਂ ਹੀ ਪ੍ਰਸਾਦ ਮਿਲੂ। ਆਹ ਕੜਾ ਪ੍ਰਸ਼ਾਦ ਨਹੀਂ, ਉਹਦੀ ਮਿਹਰ ਦਾ, ਉਹਦੀ ਬਖਸ਼ਿਸ਼ ਦਾ, ਵੀ ਇਹ ਮੇਰਾ ਪੁੱਤ ਬੜੀ ਵੱਡੀ ਕੁਰਬਾਨੀ ਕਰਕੇ ਆਇਆ, ਜਿੱਥੇ ਸਾਰੇ ਲੋਕ ਬਿਸਤਰਿਆਂ ਵਿੱਚ ਵੜੇ ਨੇ, ਅੱਜ ਨਵੇਂ ਪਾਤਸ਼ਾਹ ਦਾ ਪੁਰਬ ਮਨਾਉਣ ਲਈ ਭੱਜਾ ਆਇਆ ਹੈ, ਬਾਣੀ ਸੁਣਨ ਨੂੰ ਭੱਜਾ ਆਇਆ ਹੈ। ਆਖੋ ਵਾਹਿਗੁਰੂ,
ਸਾਹਿਬ ਕਹਿੰਦੇ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ, ਜਿਹਦਾ ਉਹ ਭਲਾ ਕਰ ਦਿੰਦਾ ਹੈ ਨਾ। ਮੈਂ ਫਿਰ ਇੱਕ ਵਾਰ ਬੇਨਤੀ ਕਰਾਂ, ਇਹ ਸਾਈਨ ਆਉਣੇ ਸ਼ੁਰੂ ਹੋ ਜਾਂਦੇ ਉਹਦੇ ਮੂੰਹ ਦੇ ਵਿੱਚੋਂ, ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਰਪਾ ਹੋਵੇ ਸਾਰਿਆਂ ਦੇ ਮੂੰਹ ਦੇ ਵਿੱਚੋਂ ਨਿਕਲੇ, ਮੈਂ ਤਾਂ ਕਹਿੰਦਾ ਜਿਹੜੇ ਬਿਸਤਰਿਆਂ 'ਚ ਪਏ ਉਹ ਸਾਹਿਬਾ ਉਹਨਾਂ ਦੇ ਮੂੰਹ 'ਚੋਂ ਵੀ, ਉਹਨਾਂ ਨੂੰ ਵੀ ਉਦਮ ਕਰੂੰ ਕਰਾਵੋ ਠਾਕੁਰ ਮਹਾਰਾਜ, ਉਹਨਾਂ 'ਤੇ ਵੀ ਬਖਸ਼ਿਸ਼ ਕਰ। ਹਰ ਪ੍ਰਾਣੀ ਜਪੇ ਤੇਰਾ ਨਾਮ, ਹਰ ਪ੍ਰਾਣੀ ਗੁਰੂ ਘਰਾਂ ਵਿੱਚ ਜਾ ਕੇ ਸਾਹਿਬ ਜੀ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਤਾਂ ਤੇਰੇ ਦਰਸ਼ਨ ਕਰੇ। ਆਖੋ ਵਾਹਿਗੁਰੂ, ਇਹਨਾਂ ਦਿਨਾਂ ਵਿੱਚ ਤਾਂ ਆਪਣੇ ਇਤਿਹਾਸ ਨੂੰ ਚੇਤੇ ਰੱਖੇ ਵੀ ਅਸੀਂ ਕਦੀ ਆਨੰਦਗੜ੍ਹ ਦਾ ਕਿਲਾ ਛੱਡਿਆ, ਉਹਨੇ ਨਹੀਂ ਅਸੀਂ। ਇਹ ਸ਼ਬਦ ਵੀ ਬੜਾ ਪਿਆਰਾ ਜੇ, ਪਰਿਵਾਰ ਵਿਛੋੜੇ ਗੁਰਦੁਆਰੇ ਜਿੱਦਣ ਤੁਸੀਂ ਮੇਰੇ ਭੈਣ ਭਰਾ ਜਾਂਦੇ ਹੋ ਅਤੇ ਕਹਿੰਦੇ ਹੋ ਇੱਥੇ ਦਸਮ ਪਿਤਾ ਜੀ ਦਾ ਪਰਿਵਾਰ ਵਿਛੜ ਗਿਆ, ਨਹੀਂ ਉਹ ਭਾਗਾਂ ਵਾਲੇ ਹੋ, ਆਖਿਆ ਕਰੋ ਮੇਰਾ ਪਰਿਵਾਰ ਵਿਛੜ ਗਿਆ, ਤੁਸੀਂ ਉਹਦਾ ਪਰਿਵਾਰ ਹੋ। ਆਖੋ ਵਾਹਿਗੁਰੂ, ਪਕੜਦੇ ਨਹੀਂ, ਤੁਸੀਂ ਉਹਦਾ ਹੀ ਪਰਿਵਾਰ ਹੋ, ਉਹਦੀਆਂ ਧੀਆਂ ਜੇ। ਜਿਹਦੇ ਜਿਹਨੇ ਗੱਲ 'ਚ ਗਾਤਰਾ ਪਾਇਆ ਉਹ ਕਹਿੰਦਾ ਮੇਰੇ ਪਿਓ ਦਾ ਨਾਮ ਗੁਰੂ ਗੋਬਿੰਦ ਸਿੰਘ ਆ, ਫਿਰ ਉਹਦਾ ਪਰਿਵਾਰ ਕਹਿ ਕੇ ਕਿਉਂ ਛੁੱਟ ਦਿਓ। ਮਹਿਸੂਸ ਕਰਿਆ ਕਰੋ ਇਹ ਉਹ ਜਗ੍ਹਾ ਹੈ ਜਿੱਥੋਂ ਮੇਰਾ ਪਰਿਵਾਰ ਅੱਜ ਤੋਂ 300 ਸਾਲ ਪਹਿਲਾਂ ਵਿਛੜਿਆ, ਅੱਜ ਤੱਕ ਨਹੀਂ ਮਿਲਿਆ, ਇਹ ਇਕੱਠੇ ਨਹੀਂ ਮੁੜ ਕੇ ਹੋਏ। ਆਖੋ ਵਾਹਿਗੁਰੂ। ਮੇਰਾ ਸਾਹਿਬ ਕਹਿੰਦੇ ਨੇ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਾ, ਜਿਹਦਾ ਭਲਾ ਕਰਦਾ ਉਹਦੇ ਮੂੰਹ ਦੇ ਵਿੱਚੋਂ ਵਾਹਿਗੁਰੂ 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 ਦੀ ਧੁਨੀ ਨਿਕਲਦੀ ਹੈ। ਆਖੋ ਵਾਹਿਗੁਰੂ। ਸੁਣੋ ਮੇਰੀਆਂ ਬੱਚੀਆਂ, ਸੁਣੋ ਮੇਰੇ ਵੀਰ ਗੁਰਸਿੱਖ ਭਰਾ, ਇੱਕ ਵਾਟ ਹੈ, ਵਾਟ ਜਿਹੜੀ ਗੁਰੂ ਨੇ ਦੱਸੀ। ਕਿੱਧਰ ਵੇਂਦੇ ਹੋ ਭਾਈ, ਕਿੱਧਰ ਵੇਂਦੇ? ਇੱਕ ਵਾਟ ਹੈ, ਵਾਟ ਕਹਿੰਦੇ ਰਸਤੇ ਨੂੰ, ਇੱਕ ਰਾਹ ਹੈ ਜਿਹੜਾ ਗੁਰੂ ਨੇ ਦਿਖਾਇਆ, ਉਹਦੇ ਤੋਂ ਉੱਤਰ ਜਾਣਾ ਕੁਆਟ ਹੈ, ਨਹੀਂ ਬਦਲਗਾ। ਇੱਕ ਵਾਟ ਇੱਕ ਕੁਆਟ, ਇੱਕ ਰਾਹ ਇੱਕ ਕੁਰਾਹ, ਦੋ ਸ਼ਬਦ ਬੜੇ ਪਿਆਰੇ ਜੇ, ਇੱਕ ਰਾਹ। ਅਤੇ ਮੇਰਾ ਸਾਹਿਬ ਕਹਿੰਦਾ ਹੈ ਤੂੰ ਕੁਰਾਹ ਨੂੰ ਛੱਡ ਕੇ ਅਤੇ ਇੱਕ ਸਿਉਂ ਚ ਤਲਾਏ, ਜਿਹੜਾ ਰਾਹ ਗਾਡੀ ਰਾਹ ਇਹਨੇ ਦੱਸਿਆ ਹੈ ਨਾ। ਆਖੋ ਵਾਹਿਗੁਰੂ। ਜਿਹੜਾ ਗਾਡੀ ਰਾਹ ਇਹਨੇ ਦੱਸਿਆ, ਬਹੁਤ ਸਾਰੇ ਲੋਕ ਨੇ ਜਿਹੜੇ ਪਿਛਲੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਰੋਹ ਰੀਤਾਂ ਨੂੰ ਮੰਨਦੇ। ਸੁਣਿਓ ਗੁਰੂ ਕੇ ਸਿੱਖੋ, ਹਾਜ਼ਰ ਹੋ ਕੇ ਸੁਣਿਓ। ਆਖੋ ਵਾਹਿਗੁਰੂ। ਰੋਹ ਰੀਤਾਂ ਨੂੰ ਮੰਨਦੇ ਵਡੇਰੇ ਇਸ ਤਰ੍ਹਾਂ ਕਰਦੇ ਸੀ ਜੀ, ਕਹਿੰਦੇ ਕਿ ਨਹੀਂ ਸਾਡੇ ਘਰਾਂ 'ਚ ਜੀ ਬੜਾ ਪੁਰਾਣਾ ਇਹ ਗੱਲ ਚੱਲਦੀ ਆਉਂਦੀ, ਵਰਤ ਸਰਾਧ ਇਹ ਜੋ ਕੁਝ ਕਰਮ ਕਾਂਡ ਨੇ। ਆਖੋ ਵਾਹਿਗੁਰੂ। ਅਤੇ ਫਿਰ ਬੜੇ ਮਾਣ ਨਾਲ ਕਹਿੰਦੇ ਜੀ ਸਾਡੇ ਬਾਬਾ ਜੀ ਵੀ ਕਰਦੇ ਸੀ, ਸਾਡੇ ਘਰ 'ਚ ਬੜਾ ਪੁਰਾਣਾ ਹੁੰਦਾ ਹੈ। ਮੇਰੇ ਸਾਹਿਬ ਜੀ ਕੀ ਕਹਿੰਦੇ? ਆਖੋ ਵਾਹਿਗੁਰੂ। ਇੱਕ ਗਾਡੀ ਰਾਹ ਸ਼ਬਦ ਆ, ਗਾਡੀ ਰਾਹ, ਗਾਡੀ ਰਾਹ ਸੁਣਿਆ ਜੇ, ਗਾਡੀ ਮੀਨ
ਗੱਡਾ ਚਲਾਉਣ ਵਾਲਾ ਆਖੋ ਵਾਹਿਗੁਰੂ, ਗੱਡਾ ਚਲਾਉਣ ਵਾਲਾ, ਜਿਹਨਾਂ ਜਿਹਨਾਂ ਨੂੰ ਤੁਹਾਡੇ 'ਚ ਪਤਾ, ਜਿਹਨਾਂ ਨੇ ਵੇਖਿਆ ਹੈ, ਇੱਥੇ ਨਹੀਂ ਉਹ ਆਏ, ਆਖੋ ਵਾਹਿਗੁਰੂ, ਇਹਨਾਂ ਵੇਖਿਆ ਉਹਨਾਂ, ਉਹਨਾਂ ਵੀ ਵੇਖਿਆ ਗੱਡਾ, ਅਤੇ ਗੱਡਾ ਜਿੱਥੋਂ ਦੀ ਲੰਘ ਜਾਂਦਾ ਹੈ ਨਾ, ਉੱਥੇ ਲੀਹ ਪੈ ਜਾਂਦੀ, ਤੁਰਨਾ ਬੜਾ ਸੌਖਾ ਹੈ, ਆਖੋ ਵਾਹਿਗੁਰੂ। ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦਾ ਹੈ, ਜੇ ਗਲਤ ਰਾਹ 'ਤੇ ਕਿਤੇ ਪਹਿਲਾਂ ਗੱਡਾ ਲੰਘ ਗਿਆ ਹੈ ਤਾਂ ਮਰਦ ਬਣ ਆਪਣਾ ਰਾਹ ਬਣਾ, ਨਹੀਂ ਪਤਾ ਲੱਗਦਾ। ਜੇ ਕੋਈ ਪਹਿਲਾ ਗੱਡਾ ਵਰਤਾਂ ਸਰਾਧਾਂ ਵੱਲ ਨੂੰ ਤੁਰ ਪਿਆ ਹੈ, ਕੋਈ ਸੌ ਗਿਆ ਸੀ ਰਾਹੀ ਅਤੇ ਡੰਗਰ ਆਉਂਦੀ ਲੰਘ ਗਏ ਅਤੇ ਉੱਥੇ ਇੱਕ ਲੀਹ ਪੈ ਗਈ, ਹੁਣ ਤੇਰਾ ਧਰਮ ਨੇ ਵੀ ਤੂੰ ਉਸੇ ਲੀਹੇ ਤੁਰਿਆ ਵਾ, ਅੱਖਾਂ ਖੋਲ ਕੇ ਵੇਖ ਤੇ ਸਹੀ ਵੀ ਮੇਰੇ ਗੁਰੂ ਨੇ ਕੀ ਆਖਿਆ। ਆਖੋ ਵਾਹਿਗੁਰੂ, ਮੇਰੇ ਗੁਰੂ ਨੇ ਕੀ ਸਹਿਣ, ਕਿੱਧਰ ਨੂੰ ਜਾ, ਮੈਂ ਨਵਾਂ ਰਾਹ ਬਣਾਉਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ, ਰਾਹੇ ਰਾਹੇ ਗਾਡੀ ਚੱਲਣ, ਇੱਕ ਗਾਡੀ ਰਾਹ ਪੈ ਗਿਆ ਉਹਦੇ ਉੱਤੇ ਬੜਾ ਸੌਖਾ ਹੈ ਤੁਰਨਾ। ਸੱਚੀ ਮੁੱਚੀ ਤੁਸੀਂ ਵੀ ਘਰਾਂ ਦੇ ਵਿੱਚ ਦੀਵੇ ਜਗਾ ਲੈਣੇ, ਵਰਤ ਰੱਖਣੇ, ਸਰਾਧ ਕਰਨੇ, ਆਖੋ ਵਾਹਿਗੁਰੂ। ਵੈਸੇ ਜਿਹੜੀਆਂ ਗੱਲਾਂ ਨੇ ਮੈਂ ਆਪ ਜੀ ਨੂੰ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਕਹਿ ਚੱਲਿਆ ਵੀ ਬੰਗਲਾ ਸਾਹਿਬ ਅਤੇ ਮੰਜੀ ਸਾਹਿਬ ਤੋਂ ਵਰਤਾਂ ਸਰਾਧਾਂ ਦਾ ਜ਼ਿਕਰ ਕਰਨਾ ਬੰਦ ਕਰਤਾ ਹੈ। ਨਹੀਂ ਪਤਾ ਲੱਗਾ, ਪਤਾ ਲੱਗਾ ਵੀਰੋ ਵੀ ਚਾਹੀਦਾ ਤਾਂ ਸੀ ਉੱਥੇ ਵੀ ਇਹਨੂੰ ਸਿੱਖ ਸੁਣਦੇ ਨੇ, ਅਤੇ ਅਸੀਂ ਸਿੱਖਾਂ ਨੂੰ ਰੋਜ਼ ਇੱਕ ਵਾਰ ਰਿਪੀਟ ਕਰਾਈਏ ਵੀ ਵਰਤ ਰੱਖਣੇ, ਸਰਾਧ ਕਰਨੇ, ਜੋਤਾਂ ਜਗਾਉਣੀਆਂ, ਗੁੱਗੇ ਨਵੀਆਂ ਪੂਜਣੀਆਂ, ਪੂਰਨਮਾਸ਼ੀਆਂ ਦੇ ਦਿਨ ਮਨਾਉਣੇ, ਇਹ ਸਾਡਾ ਰਾਹ ਨਹੀਂ ਚਾਹੀਦਾ। ਸਕਰੀ ਬੋਲੋ ਨਾ ਗੁਰੂ ਕੇ ਸਿੰਘ, ਕਿਸੇ ਨੇ ਘੂਰੀ ਵੱਟੀ ਵੀ ਤੁਹਾਡੀ ਸਟੇਜ ਤੋਂ ਵਰਤਾਂ ਬਾਰੇ ਬੋਲਦੇ, ਸਾਡੀ ਸ਼ਰਧਾ ਭੰਗ, ਤੁਹਾਨੂੰ ਥੋੜ੍ਹਾ ਅਸੀਂ ਕਹਿ ਰਹੇ ਨਾ ਰੱਖੋ, ਅਸੀਂ ਤਾਂ ਆਪਣੇ ਗੁਰੂ ਕੇ ਸਿੱਖਾਂ ਨੂੰ ਕਹਿ ਰਹੇ ਹਾਂ ਵੀ ਇਸ ਬਾਣੀ 'ਚ ਲਿਖਿਆ ਵੀ ਛੋਡੇ ਅੰਨ 'ਤੇ ਕਰੇ ਪਖੰਡ ਨਾ ਸੁਹਾਗਣ, ਅਸੀਂ ਤਾਂ ਆਪਣੇ ਗੁਰੂ ਕੇ ਸਿੱਖਾਂ ਨੂੰ ਕਹਿ ਰਹੇ ਹਾਂ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ, ਅਸੀਂ ਤਾਂ ਸੱਚੀ ਬਾਣੀ ਦਾ ਉਪਦੇਸ਼ ਉਹਨਾਂ ਗੁਰਸਿੱਖਾਂ ਦੇ ਕੰਨਾਂ ਤੱਕ ਖੜ ਰਹੇ ਜਿਹੜੇ ਗੁਰੂ ਕੇ ਸਿੱਖ ਨੇ। ਮਗਰ ਉੱਥੇ ਇੱਕ ਕਾਗਜ਼ 'ਤੇ ਲਿਖਵਾ ਲਿਆ ਜਾਂਦਾ ਹੈ ਕਥਾ ਕਰਨ ਤੋਂ ਪਹਿਲਾਂ, ਆਖੋ ਵਾਹਿਗੁਰੂ। ਸੁਣੋ ਗੁਰੂ ਕੇ ਸਿੱਖੋ, ਮੈਂ ਮੰਜੀ ਸਾਹਿਬ ਦੀ ਨਿੰਦਾ ਨਹੀਂ ਕਰ ਰਿਹਾ, ਮੈਂ ਤਾਂ ਵੇਂਦਾ ਸਾਂ ਬੰਗਲਾ ਸਾਹਿਬ ਅਤੇ ਮੰਜੀ ਸਾਹਿਬ ਦੀ ਸਟੇਜ ਸੀ ਜਿਹੜੀ ਸਾਰੀ ਮਨੁੱਖਤਾ ਨੂੰ ਬਦਲ ਸਕਦੀ ਸੀ, ਮਗਰ ਉੱਥੋਂ ਸੱਚ ਦੀ ਆਵਾਜ਼ 'ਤੇ ਚਿੱਪੀ ਲਾ ਦਿੱਤੀ। ਕਿੰਨੀ ਆਤਮਾ ਮਾਰ ਕੇ ਕੋਈ ਕਥਾ ਕਰਦਾ ਹੋਊਗਾ ਜਦੋਂ ਸਾਹਮਣੇ ਸ਼ਬਦ ਆਉਂਦਾ ਹੋਊਗਾ, ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਫੜੋ ਫੜੋ ਗੁਰੂ ਕੇ ਸਿੱਖੋ, ਜਿੱਤ ਪੀਤੇ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ। ਅਤੇ ਇਹਦੀ ਵਿਆਖਿਆ ਕਰਨ ਲੱਗਾ ਮੈਂ ਫਿਸਲ ਜਾਂਦਾ ਹੋਊਗਾ ਬੜੀ ਹੁਸ਼ਿਆਰੀ ਨਾਲ, ਸ਼ਰਾਬ ਸ਼ਬਦ ਹੀ ਛੱਡ ਜਾਂਦਾ ਹੋਊਗਾ ਵਿੱਚੋਂ ਵੀ ਮਹਾਰਾਜ ਸ਼ਰਾਬ ਪੀਣ ਲਈ ਕਹਿ ਰਿਹਾ ਦੁਨੀਆ ਦੇ ਲੋਕੋ, ਐਸਾ ਮੱਧ ਮੂਲ ਨਾ ਪੀਚੇ ਜੇਕਾ ਪਾਰ ਵਸਾਏ। ਮੰਜੀ ਸਾਹਿਬ ਤੋਂ ਕਿਤੇ ਕਿਹਾ ਹੁੰਦਾ ਪਿਆਰ ਨਾਲ, ਹੋ ਸਕਦਾ ਅੱਜ 10 ਛੱਡਦੇ, ਕੱਲ੍ਹ 20 ਛੱਡਦੇ, ਪਰਸੋਂ ਮੇਰਾ ਸਿੱਖ ਪੰਥ ਸ਼ਰਾਬ ਤੋਂ ਬਚ ਜਾਂਦਾ, ਪਰ ਐਸਾ ਹੋਇਆ ਨਹੀਂ। ਆਖੋ ਵਾਹਿਗੁਰੂ। ਇੱਕ ਰਾਹ ਹੈ ਜਿਹੜਾ ਮੇਰੇ ਵੱਡੇ ਵਡੇਰਿਆਂ ਨੇ ਆਖਿਆ ਜੀ, ਅਸੀਂ ਤਾਂ ਕਰਦੇ ਹੀ ਹੁੰਦੇ ਹਾਂ, ਵੱਡਿਆਂ ਵਡੇਰਿਆਂ ਦੇ ਕਰਦੇ ਹੀ ਨੇ, ਵੱਡਿਆਂ ਵਡੇਰਿਆਂ ਦੇ ਨਿਮਿਤ ਸਰਾਧ ਕਰਦੇ ਨੇ ਹਿੰਦੂ ਵੀਰ, ਅਸੀਂ ਨਹੀਂ। ਆਖੋ ਵਾਹਿਗੁਰੂ। ਅਸੀਂ ਇੱਕ ਦਿਨ ਨਹੀਂ ਸਾਲ 'ਚੋਂ ਕਰਦੇ, ਅਸੀਂ ਰੋਜ਼ ਲੰਗਰ ਲਾਉਂਦੇ ਹਾਂ, ਨਹੀਂ ਪਤਾ ਲੱਗਾ, ਇੱਕ ਦਿਨ ਨਹੀਂ, ਰੋਜ਼ ਲੰਗਰ ਲੱਗਦੇ ਗੁਰੂ ਨਾਨਕ ਦੇ ਘਰ ਵਿੱਚ।
ਅਤੇ ਰਾਹ ਬਣਾਉਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਆਖਿਆ ਵੀ ਵੇਖੋ ਦੁਨੀਆ ਦੇ ਲੋਕੋ ਮੇਰੀ ਕੰਨ ਖੋਲ੍ਹ ਕੇ ਗੱਲ ਸੁਣ ਲਓ, ਰਾਹੇ ਲਾਹੇ ਗਾਡੀ ਚੱਲਣ ਰਾਹੇ ਚੱਲਣ ਪੂਤ, ਰਾਹੇ ਰਾਹੇ ਅਤੇ ਰਾਹੇ ਚੱਲਣ ਪੂਤ, ਮਤਲਬ ਕੀ ਬਣਿਆ? ਪੁੱਤ ਪਿਓ ਦੇ ਰਾਹ 'ਤੇ ਚੱਲਦਾ, ਤਿੰਨ ਰਾਹ 'ਤੇ ਨਹੀਂ ਚੱਲਦੇ। ਆ ਸੁਣਿਓ, ਚਲੇ ਗਏ ਕਿਤੇ, ਮੈਂ ਲੱਗ ਰਿਹਾ ਵੀ ਸੁਚੇਤ ਹੋ ਤੁਸੀਂ, ਕਿਉਂਕਿ ਗੈਸ ਹੋ ਨਾ ਕਿਤੇ, ਦੱਸ ਦਿਓ ਛੇਤੀ। ਹਾਂ, ਜਾਇਆ ਨਾ ਕਰੋ, ਘਰ 'ਚ ਰਿਹਾ ਕਰੋ, ਫਿਰ ਘਰ ਬੈਸੋ, ਫਿਰ ਸਤਿਗੁਰ ਤੋਂ ਮੇਰੇ ਖਾਲਸਾ ਇਕਾਗਰਤਾ ਰੱਖਿਆ ਕਰੋ। ਤਿੰਨ ਰਾਹ 'ਤੇ ਨਹੀਂ ਚੱਲਦੇ, ਪਹਿਲਾਂ ਫਿਰ ਰਿਪੀਟ ਕਰਾਉਣਾ, ਰਾਹੇ ਰਾਹੇ ਗਾਡੀ ਚੱਲਣ, ਗਾਡੀ ਜਿਹੜੇ ਹੁੰਦੇ ਆ ਉਹ ਗੱਡਾ ਰਾਹ 'ਤੇ ਪਾ ਕੇ ਨਾ, ਅਤੇ ਜਿਹੜੀਆਂ ਲੀਆਂ ਨੇ ਉਹਦੇ ਵਿੱਚੋਂ ਦੀ ਡੰਗਰ ਆਪੇ ਤੁਰੇ ਜਾਂਦੇ, ਅਤੇ ਉੱਤੇ ਹੀ ਰੇਤ 'ਤੇ ਸੁੱਤੇ ਹੁੰਦੇ, ਵੇਖੇ ਜੇ ਕਿ ਨਹੀਂ, ਰੇਤ ਦੇ ਉੱਤੇ ਸੁੱਤੇ ਹੁੰਦੇ, ਵੀ ਚੱਲ ਘਰ ਜਾਂਦੇ ਆ ਤਾਂ ਘੰਟਾ ਨੀਂਦ ਲੈ ਲਓ, ਡੰਗਰਾਂ ਨੂੰ ਰਾਹ ਦਾ ਪਤਾ ਤਾਂ ਹੈਗਾ ਹੀ, ਪਹੁੰਚ ਜਾਣਗੇ। ਰਾਹੇ ਰਾਹੇ ਗਾਡੀ ਚੱਲਣ ਅਤੇ ਰਾਹੇ ਚੱਲਣ ਪੂਤ, ਤਿੰਨ ਰਾਹ 'ਤੇ ਨਹੀਂ ਚੱਲਦੇ। ਆ ਸੁਣੋ ਗੁਰੂ ਗੋਬਿੰਦ ਸਿੰਘ ਸਾਹਿਬ, ਤਿੰਨ ਰਾਹ 'ਤੇ ਨਹੀਂ ਚੱਲਦੇ ਕੌਣ ਕੌਣ? ਭਗਤ ਸੂਰਮਾ ਅਤੇ ਸਪੂਤ, ਪੁੱਤ ਤੋਂ ਸਪੁੱਤ ਤੱਕ ਗੱਲ ਚਲੇਗੀ ਜੇ ਨਹੀਂ ਪਤਾ ਲੱਗਦਾ, ਪੁੱਤਰ ਤੋਂ ਪੁੱਤ ਤਾਂ ਕਹਿੰਦਾ ਮੇਰਾ ਪਿਓ ਇਸ ਤਰ੍ਹਾਂ ਕਰਦਾ ਸੀ, ਸਪੁੱਤਰ ਕਹਿੰਦਾ ਨਹੀਂ, ਰਾਹ ਨਵਾਂ ਬਣਾਵਾਂਗੇ, ਡੰਗਰਾਂ ਦਾ ਜ਼ੋਰ ਲੱਗੂ, ਫਿਰ ਕਿਹੜੀ ਗੱਲ ਹੈ, ਡੰਗਰਾਂ ਦਾ ਜ਼ੋਰ ਹੈ ਕਾਹਦੇ ਲਈ? ਤੁਸੀਂ ਕਹੋ ਮੇਰੇ ਮਨ ਦਾ ਜ਼ੋਰ ਹੈ ਕਾਹਦੇ ਲਈ? ਆਖੋ ਵਾਹਿਗੁਰੂ ਮੈਂ ਤੇਰਾ ਨਵਾਂ ਬਣਾਊਂ, ਅਤੇ ਸੱਚੀ ਮੁੱਚੀ ਬਣਾਇਆ, ਆਖੋ ਵਾਹਿਗੁਰੂ ਸੱਚੀ ਮੁੱਚੀ ਬਣਾਇਆ। ਬਹੁਤ ਗਰੀਬ ਨਵਾਜ ਨੇ ਦਇਆ ਕੀਤੀ, ਮੈਂ ਆਪ ਜੀ ਨੂੰ ਬੇਨਤੀ ਕਰਦਾ, ਦੋ ਸ਼ਬਦ ਨੇ, ਇੱਕ ਵਾਟ ਇੱਕ ਕਵਾਟ, ਆਖੋ ਵਾਹਿਗੁਰੂ। ਜਿਹੜੀ ਵਾਟ ਹੈ ਉਹ ਤਾਂ ਦੱਸੀ ਗੁਰੂ ਨੇ, ਜੋ ਗੁਰ ਦੱਸੇ ਵਾਟ, ਬੋਲਿਆ ਕਰੋ ਖੁੱਲ੍ਹ ਕੇ ਬੋਲਿਆ, ਜਿਹੜਾ ਗੁਰੂ ਰਾਹ ਦੱਸੇ ਮਰੀਦਾ ਚੁੱਲੀਏ, ਮਰੀਦ ਹੁੰਦਾ ਸਿੱਖ, ਸਿੱਖ ਦਾ ਧਰਮ ਆ ਉਸ ਰਾਹ 'ਤੇ ਚੱਲਣਾ ਜਿਹੜਾ ਗੁਰੂ ਨੇ ਦੱਸਿਆ, ਅਤੇ ਕਵਾਟ ਉਹ ਆ ਜਿਹੜੀ ਇਹਦੇ ਮਨ ਨੇ ਫੁਰਨੇ ਸਮਾਜ ਵਿੱਚੋਂ ਪਕੜੀਆਂ ਗੱਲਾਂ, ਨਹੀਂ ਪਤਾ ਲੱਗਾ ਵੀ ਸਮਾਜ ਇਸ ਤਰ੍ਹਾਂ ਕਰਦਾ, ਪਿੱਪਲ ਨੂੰ ਪਾਣੀ ਪਾਉਂਦਾ ਮੈਂ ਕਿਉਂ ਨਾ ਪਾਵਾਂ, ਪਾਗਲਪਨ ਥੋੜ੍ਹਾ ਹੀ ਪਿੱਪਲ ਨੂੰ ਪਾਣੀ ਪਾਉਣਾ, ਜੇ ਪਾ ਰਿਹਾ ਹੈ ਐਡਾ ਸਿਆਣਾ ਬੰਦਾ ਮੈਂ ਵੀ ਪਾਊਂਗਾ, ਇੰਨੇ ਮੌਲੀ ਬੱਦੀ ਮੈਂ ਵੀ ਬੰਨੂੰਗਾ, ਇੰਨੇ ਪੱਥਰ ਦੀ ਮੁੰਦਰੀ ਪਾਈ ਮੈਂ ਵੀ ਬੰਨੂੰਗਾ, ਪਾਊਂਗਾ ਪੱਥਰ ਦੀ ਮੁੰਦਰੀ, ਇੰਨਾ ਕੁਝ ਜਿਹੜਾ ਧੂਮਲ ਹੋਇਆ ਹੈ, ਦੂਸ਼ਿਤ ਹੋਇਆ ਹੈ ਸਮਾਜ, ਉਹਦੀਆਂ ਚੀਜ਼ਾਂ ਨੂੰ ਅਸੀਂ ਫਾਲੋ ਕਰਨ ਲੱਗ ਪਏ ਹਾਂ। ਸਾਡਾ ਇੱਕ ਨਵਾਂ ਰਾਹ ਸੀ ਜਿੱਥੇ ਦੂਸ਼ਿਤ ਕੁਛ ਨਹੀਂ ਸੀ, ਸਭ ਨਵਾਂ, ਸਹਿਬ ਮੇਰਾ ਨਿੱਤ ਨਵਾਂ ਹੈ, ਨਿਤਾ ਪ੍ਰਤੀ ਰਾਹ ਦੱਸਦਾ ਹੈ ਗੁਰੂ ਮੇਰਾ, ਨਿਤਾ ਪ੍ਰਤੀ ਜਦੋਂ ਪ੍ਰਕਾਸ਼ ਹੁੰਦਾ ਹੈ। ਅੱਜ ਵੇਖੋ ਦੱਸਿਆ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ ਹਾ ਦੇ, ਸਦਾ ਸਦਾ ਰੰਗ ਮਾਣ, ਅੱਜ ਕਿੰਨਾ ਭਰੋਸਾ ਦਿੱਤਾ ਉਹ ਸਿੱਖਾ, ਡੋਲੀ ਨਾ ਸਾਚਾ ਸਾਹਿਬ, ਸਦ ਮਿਹਰਵਾਨ ਸਦ ਮਿਹਰਵਾਨ ਸਦ ਮਿਹਰਵਾਨ ਸਦ ਮਿਹਰਵਾਨ, ਕਿੰਨਾ ਜ਼ੋਰ ਦੇ ਕੇ ਆਖਿਆ, ਤੂੰ ਘਬਰਾਈ ਨਾ, ਉਹ ਸਦਾ ਹੀ ਮਿਹਰਬਾਨ। ਰੋਜ਼ ਨਵਾਂ ਹੁਕਮਨਾਮਾ ਆਉਂਦਾ ਕਿ ਨਹੀਂ, ਬੋਲੋ ਗੁਰੂ ਕੇ ਸਿੱਖ, ਆਖੋ ਵਾਹਿਗੁਰੂ ਸਾਹਿਬ ਮੇਰਾ, ਅਤੇ ਤਖ਼ਤ 'ਤੇ ਬਹਿੰਦਿਆਂ ਕੋਈ ਨਵਾਂ ਬਚਨ ਸੁਣਾਉਂਦਾ, ਘਬਰਾਈ ਨਾ, ਮੈਂ ਤੈਨੂੰ ਅਗਲੀ ਗੱਲ ਵੀ ਦੱਸੂ, ਜੋ ਗੁਰ ਦੱਸੇ ਵਾਟ ਮਰੀਦਾ ਜੋਲੀਏ। ਅੱਜ ਕਹਿੰਦੇ ਦੂਸਰਾ ਜਿਹੜੀ ਕਵਾਟ ਆ, ਇੱਕ ਰਾਹ ਕਵਾਟ ਆ ਇੱਕ ਕਵਾਟ ਆ, ਮਹਾਰਾਜ ਅੱਜ ਦੇ ਬਚਨ 'ਚ ਕਹਿੰਦੇ ਦੂਜੀ ਛੋੜ ਕਵਾਟੜੀ, ਜਿਹੜੇ ਦੂਸਰੇ ਰਾਹ ਨੇ ਨਾ
ਇਹਨਾਂ ਨੂੰ ਤੂੰ ਛੱਡ ਦੇ। ਸੁਣੇ ਕਿਤੇ ਪੂਰੇ ਗੁਰੂ ਕਾ ਸੁਣ ਉਪਦੇਸ਼, ਕੋਈ ਸੁਣੇ ਤਾਂ ਸਹੀ, ਉਪਦੇਸ਼ ਸੁਣੋ ਤੁਮ ਗੁਰ ਸਿੱਖੋ। ਨਹੀਂ ਸੁਣਦਾ, ਮੱਥਾ ਟੇਕਦਾ, ਰੁਮਾਲੇ ਚੜਾਉਂਦਾ, ਸੋਨੇ ਦੇ ਛੱਬੇ ਅੱਗੇ ਲੈਣ ਵਾਲੇ ਵੀ ਤਿਆਰ ਬੈਠੇ। ਕੀ ਕਿਹਾ ਦੱਸ ਨੇ, ਕਿਉਂ ਬੋਲੋ ਨਾ। ਜਿੱਦਣ ਕੋਈ ਸੋਨੇ ਦਾ ਛੱਬਾ ਚੜਾਉਣ ਆਉਂਦਾ, ਕਿਉਂ ਨਹੀਂ ਬੈਠਾ ਤਾਬਿਆ ਤੇ ਗ੍ਰੰਥੀ? ਕਹਿੰਦਾ ਭਾਈ ਇਹਦਾ ਕੀ ਸੋਨੇ ਨਾਲ ਲੈਣਾ ਹੈ, ਲਿਆ ਹੋਰ ਕੁਝ ਦੇ ਦੇ। ਦਸ ਬੈਠਾ ਸੀ ਇੱਕ ਵਾਰ ਬੰਗਲਾ ਸਾਹਿਬ ਤੱਕ ਗਿਆ ਤੇ ਆਖੋ ਵਾਹਿਗੁਰੂ, 500 ਦਾ ਸਿਹਰਾ ਲੈ ਕੇ ਆਉਂਦਾ ਸੀ ਉਹਨਾਂ ਦਿਨਾਂ ਵਿੱਚ, 79-80 'ਚ। ਪਿਸ਼ੌਰੀ ਮੇਰਾ ਭਰਾ, ਆਖੋ ਵਾਹਿਗੁਰੂ, ਸਿਹਰਾ ਫੜਾਉਣ ਲੱਗਾ, ਮੂੰਹ ਦੇ ਵਿੱਚੋਂ ਸ਼ਰਾਬ ਆਦੀ ਬੋ ਆਈ, ਰਾਤੀ ਕਿਤੇ ਪੀਤੀ ਹੋਊਗੀ, ਆਖੋ ਵਾਹਿਗੁਰੂ। ਅਤੇ ਮੈਂ ਕਿਹਾ ਮੈਂ ਨਹੀਂ ਲੈਣਾ। ਕਹਿੰਦਾ ਕਿਉਂ, ਸਾਰੇ ਭਾਈ ਲੈਂਦੇ, ਆਖੋ ਵਾਹਿਗੁਰੂ। ਮੈਂ ਕਿਹਾ ਨਾ, ਤੂੰ ਇੰਨੇ ਦਿਨਾਂ ਤੋਂ ਫੁੱਲ ਤੋੜ ਕੇ ਲਿਆ ਕੇ ਫੁੱਲਾਂ ਦਾ ਸਿਹਰਾ ਚੜਾਉਣਾ ਹੈ, ਆਖੋ ਵਾਹਿਗੁਰੂ। ਵੈਸੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਮੇਰਾ ਸ਼ਬਦ ਰਹਿ ਨਾ ਜਾਵੇ ਕਿਤੇ ਪਿਸ਼ੌਰੀ ਵੀਰ ਵਾਲਾ। ਮੈਂ ਉਹਨੂੰ ਕਿਹਾ ਸੀ ਕਿਤੇ ਲੱਗੇ ਹੋਏ ਚੰਬੜੇ ਹੋਏ ਇਸ ਤਨ ਦੇ ਨਾਲ ਮਨ ਤੋੜ ਕੇ ਇੱਥੇ ਭੇਟਾ ਕਰਦੇ, ਨਹੀਂ ਪਤਾ ਲੱਗਾ। ਜਿਹੜਾ ਮਨ ਤੈਨੂੰ ਰਾਤ ਨੂੰ ਕਹਿੰਦੇ ਨਾ ਪੀਏ ਸ਼ਰਾਬ, ਮਨ ਵੇਚੇ, ਇਹਨੂੰ ਵੇਚਦੇ ਨਾ ਫੁੱਲ ਲਿਆ ਕੇ। ਅਤੇ ਮੈਂ ਕੱਲ੍ਹ ਇੱਥੇ ਵੀ ਵੇਖਿਆ ਗੁਲਾਬ ਦੇ ਫੁੱਲ ਤੋੜੇ, ਰਾਹਾਂ 'ਚ ਖਿਲਾਰੇ। ਉਹ ਭਲਿਓ ਗੁਰੂ ਨੂੰ ਪੁੱਛੋ ਤਾਂ ਸਹੀ, ਜੋ ਗੁਰੂ ਖੁਸ਼ੀ ਆਵੇ, ਐਸਾ ਸਿੱਖ ਕਰੇ ਕੰਮ ਜਿਹਦੇ ਨਾਲ ਗੁਰੂ ਖੁਸ਼ ਹੋਵੇ। ਤੇਰਾ ਗੁਰੂ ਤਾਂ ਪ੍ਰਕਾਸ਼ਮਾਨ ਹੋ ਕੇ ਕਹਿ ਰਿਹਾ, ਭੂਲੀ ਮਾਲਣੀ ਹੈ ਇਹੋ, ਸਤਿਗੁਰ ਜਾਗਤਾ ਹੈ ਦਿਓ। ਫੁੱਲ ਡਾਣੀ ਨਾਲੋਂ ਤੋੜਨਾ ਏਡਾ ਵੱਡਾ ਪਾਪ ਆ ਜਿਸ ਤਰ੍ਹਾਂ ਇੱਕ ਬੰਦੇ ਦਾ ਕਤਲ ਕਰਨਾ। ਅਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਹੱਟ ਕਰਨਾ। ਵੇਖੋ ਜੀ, ਉੱਥੇ ਵੀ ਫੁੱਲ ਸੀ, ਉੱਥੇ ਐਂ ਵਿਛਾ ਕੇ ਉੱਤੋਂ ਦੀ ਮਹਾਰਾਜ ਦੀ ਪਾਲਕੀ ਲੈ ਕੇ ਆਇਓ, ਜਿਹਨੂੰ ਚੁੱਕ ਕੇ ਲਿਆਇਓ ਲਾਛਾਂ ਦੇ ਉੱਤੋਂ ਦੀ, ਉਹਨੂੰ ਵੀ ਪੁੱਛੋ ਖੁਸ਼ ਹੋ ਗਿਆ। ਇੱਕ ਸੁੰਦਰਤਾ ਖੜੀ ਖਿੜੀ ਹੋਈ ਨੂੰ ਇੱਕ ਕੋਈ ਧੀ ਦੀ ਬੇਪਤੀ ਕਰਦੇ ਤਾਂ ਆਪਾਂ ਰੋਂਦੇ ਹਾਂ ਵੀ ਇਹਨੂੰ ਪੈਰਾਂ 'ਚ, ਇਹਦੀ ਇੱਜ਼ਤ ਨੂੰ ਪੈਰਾਂ 'ਚ ਰੋਲ ਦਿੱਤਾ, ਕਹਿੰਦੇ ਕਿ ਨਹੀਂ ਬੋਲੋ। ਅਤੇ ਜਿਹੜਾ ਇੱਕ ਟਾਹਣੀ ਨਾਲ ਲੱਗਾ ਫੁੱਲ ਆ, ਇਹਨੂੰ ਚਿੱਥੇ ਹੋ ਜਰਾ, ਮੈਨੂੰ ਪਤਾ ਹੈ ਇੰਨੀਆਂ ਲੀਕਾਂ ਬਰੀਕ ਪਈਆਂ ਨੇ, ਤੁਹਾਨੂੰ 50 ਨੇ ਕਹਿਣਾ ਜੀ ਫੁੱਲ ਚੜ੍ਹਦੇ ਦਰਬਾਰ ਸਾਹਿਬ ਵੀ। ਹੁਣ ਨਹੀਂ ਕੋਈ ਗੁਰੂ ਦੀ ਗੱਲ ਸੁਣਦਾ ਤਾਂ ਕਰੀਏ ਕੀ। ਇੱਥੇ ਇੱਕ ਛੋਟੀ ਜਿਹੀ ਮਸ਼ਹੂਮ ਬੱਚੀ ਆਉਂਦੀ ਮੈਨੂੰ ਪਰਸੋਂ, ਕਹਿੰਦੀ ਤੁਸੀਂ ਕਹਿੰਦੇ ਜੋਤ ਨਹੀਂ ਜਗਾਈਦੀ, ਜੋਤ ਤਾਂ ਦਰਬਾਰ ਸਾਹਿਬ ਵੀ ਜਗਦੀ। ਹੁਣ ਮੈਂ ਕੀ ਕਰਾਂ, ਮੈਂ ਤਾਂ ਗੁਰੂ ਦਾ ਹਵਾਲਾ ਦੇਣਾ ਹੈ ਵੀ ਜੋਤ ਜਗਾਉਣੀ ਸ਼ਬਦ ਦੀ, ਦੀਵਾ ਮੇਰਾ ਇੱਕ ਨਾਮ। ਲੋਕੋ ਜੇ ਜਗਾ ਸਕਦੇ ਹੋ ਨਾ ਇਸ ਹਨੇਰੀ 'ਚ ਕੋਠੜੀ 'ਚ ਚਾਨਣ ਕਰਨ ਨੂੰ, ਵਾਹਿਗੁਰੂ ਦੇ ਨਾਮ ਦਾ ਦੀਵਾ ਜਗਾਓ। ਬਾਬੇ ਦੀਪ ਸਿੰਘ ਦੇ ਜਗਦੀ, ਉਹ ਬੱਚੀ ਜੀ ਇੱਥੇ ਬਹਿੰਦੀ ਪੁੱਛਣ ਡਈ ਸੀ, ਉਹ ਬਾਬੇ ਦੀਪ ਸਿੰਘ ਦੇ ਜਗਦੀ, ਉਹ ਬਾਬਾ ਦੀਪ ਸਿੰਘ ਦੇ ਮਾਡਲ ਟਾਊਨ ਜਗਦੀ। ਮੈਂ ਕਿਹਾ ਪੋਤੇ ਦੁਕਾਨਾਂ ਚੱਲਦੀਆਂ ਨੇ, ਮੈਨੂੰ ਇੱਕ ਪ੍ਰਬੰਧਕ ਨੇ ਕਿਹਾ ਆਪ ਲੁਧਿਆਣੇ 'ਚ, ਆਖੋ ਵਾਹਿਗੁਰੂ, ਕਿਹਾ ਸੀ ਵੀ ਸਾਡੀ ਸੰਗਤ ਵੱਧਦੀ ਹੈ ਜੇ ਜੋਤ ਜਗਦੀ। ਜਿਹੜੇ ਗੁਰਦੁਆਰੇ ਜੋਤ ਜਗਦੀ ਉੱਥੇ ਸੰਗਤ ਜ਼ਿਆਦਾ ਆਉਂਦੀ, ਕਿਉਂਕਿ ਪਖੰਡ ਜ਼ਿਆਦਾ ਹੈ ਲੋਕਾਂ 'ਚ। ਸ਼ਬਦ ਦੀ ਜੋਤ ਜਗਾਉਣ ਨੂੰ ਚੌਂਕੜਾ ਮਾਰਨਾ ਪੈਂਦਾ ਹੈ, ਆਖੋ ਵਾਹਿਗੁਰੂ। ਅੱਧੀ ਅੱਧੀ ਰਾਤ ਉੱਠ ਕੇ ਵਾਹਿਗੁਰੂ 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 ਵਾਹਿ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਕੜ ਲਿਓ ਇਹਨੂੰ, ਕਿਸੇ ਦੀ ਨਿੰਦਾ ਨਾ ਸਮਝਿਓ, ਪੁੱਛੋ ਸਹੀ
ਬਾਪੂ ਬਾਪੂ ਤੂੰ ਸੋਨੇ ਦੇ ਛਤਰ ਨਾਲ ਸੋਹਣਾ ਲੱਗਦਾ ਹੈ। ਕਹਿੰਦਾ ਮੈਂ ਤੇਰੇ ਵਰਗਾ ਨਹੀਂ, ਤੇਰੇ 'ਚ ਅਤੇ ਮੇਰੇ 'ਚ ਇੰਨਾ ਫਰਕ ਆ ਵੀ ਤੂੰ ਬਨੌਟੀ ਸ਼ਿੰਗਾਰ ਨਾਲ ਸੋਹਣਾ ਲੱਗਦਾ ਹੈ। ਮੈਂ ਹਾਂ ਹੀ ਸੋਹਣਾ ਕਿ ਹੁਸਨਲ, ਮੈਂ ਤਾਂ ਹੁਸਨ ਦਾ ਜਗਦਾ ਚਿਰਾਗ ਹਾਂ। ਮੇਰੇ ਲਈ ਜੋਤ ਦੀ ਕੀ ਜ਼ਰੂਰਤ ਆ, ਮੇਰੇ ਲਈ ਸੋਨੇ ਦੇ ਛੱਬੇ ਦੀ ਕੀ ਜ਼ਰੂਰਤ ਆ। ਮਗਰ ਵਪਾਰੀ ਇਹ ਚਾਹੁੰਦਾ ਇਹਦੇ ਪਾਜੀ ਸਹੀ ਸੋਨਾ ਆਵੇ, ਨਹੀਂ ਪਤਾ ਲੱਗਦਾ ਇਹਦੇ ਪਾਜੀ ਸਹੀ ਕੋਈ ਸੋਨਾ ਚੜ੍ਹਾਵੇ ਅਤੇ ਇਹਦੇ 'ਤੇ ਕਿਸੇ ਕੰਮ ਨਹੀਂ। ਫਿਰ ਆਪੇ ਮਨ 'ਚ ਕਹਿੰਦਾ ਇਹਦੇ 'ਤੇ ਕਿਸੇ, ਆਪਾਂ ਵੇਚਾਂਗੇ ਉਹਦੀ ਜਗ੍ਹਾ 'ਤੇ ਦੂਸਰਾ ਰੱਖ ਦਾਂਗੇ। ਇਹ ਕੁਝ ਹੋ ਰਿਹਾ ਇਸ ਗੁਰੂ ਨਾਨਕ ਦੇ ਘਰ 'ਚ। ਮੈਂ ਤੁਹਾਨੂੰ ਪੁੱਛਦਾ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਲੋਕੋ ਜਿਹੜਾ ਦੂਸਰਾ ਰਾਹ ਹੈ ਗੁਰਮਤ ਤੋਂ ਇਲਾਵਾ, ਕਾਹਦੇ ਤੋਂ? ਗੁਰ ਕੀ ਮਤ ਤੂੰ ਲੈ ਭਗਤ ਬਿਨਾ ਬੋ ਡੂਬੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚਰਨ ਕਮਲ ਰਾਖੋ ਮਨ ਮਾਏ, ਜਨਮ ਜਨਮ ਕੇ ਕਿਲ ਵਿਖ ਜਾਏ। ਗੁਰੂ ਕੀ ਕਹਿੰਦਾ ਹੈ ਫੜੋ ਤੇ ਸਹੀ, ਗੁਰੂ ਦੇ ਰਾਹ ਨੂੰ ਫਾਲੋ ਤਾਂ ਕਰੋ, ਗੁਰਸਿੱਖ ਮੀਤ ਚਲੋ। ਗੁਰੂ ਦੀ ਚਾਲ ਤੋਂ ਉੱਤਰ ਕੇ ਅੱਜ ਮੇਰਾ ਸਮਾਜ ਇਹਨਾਂ ਤਿੰਨ ਤਿੰਨ ਪੈਸੇ ਦੇ ਬਾਬਿਆਂ ਤੋਂ ਪ੍ਰਚਾਰਕਾਂ ਤੋਂ ਪ੍ਰਭਾਵਿਤ ਹੋ ਗਏ। ਉਹਨਾਂ ਨੇ ਸੋਹਣੇ ਦਾ ਛੱਬਾ ਚੜ੍ਹਾਇਆ, ਬੜੇ ਖੁਸ਼ ਹੁੰਦੇ। ਆਪ ਜਾਗੋ, ਗੁਰੂ ਕਹਿੰਦਾ ਰਾਹ ਗੁਰਮਤ ਦਾ ਇਹ ਕਹਿੰਦਾ ਹੈ ਵੀ ਗੁਰ ਸਤਿਗੁਰ ਕਾ ਜੋ ਆਹ ਵੇਖੋ ਰਾਹ ਪਾਤਾ ਵੀ ਆਹ ਰਾਹ ਜੇ ਗੁਰੂ ਕੇ ਸਿੱਖੋ। ਹਰ ਕੇ ਸੰਤ ਜਪੋ ਹਰ ਜਪਣਾ ਇਹ ਰਾਹ ਜੇ, ਹਰ ਸੰਤ ਚਲੇ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਪਕੜ ਰਹੇ ਹੋ ਜੀ ਗੁਰੂ ਕੇ ਸਿੱਖੋ, ਇਹ ਰਾਹ ਹੈ ਜੋ ਗੁਰੂ ਦੱਸ ਰਿਹਾ ਹੈ। ਦੂਜੀ ਛੋੜ ਕਵਟੜੀ ਕਵਟੜੀ ਕਵਾਟ ਕੁਰਾਏ ਪੈਣਾ, ਅਤੇ ਮੇਰੇ ਇਸ ਬਾਬੇ ਨਾਨਕ ਦੇ ਨਿਰਮਲ ਪੰਥ ਵਿੱਚੋਂ ਅੱਜ 95% ਲੋਕ ਕੁਰਾਏ ਪਏ। ਮੈਂ ਜੀ ਬਾਣੀ ਪੜ੍ਹਦਾ ਲਾਗੇ ਜੋਤ ਜਗਾ ਕੇ, ਕਮਾਲ ਦੀ ਗੱਲ ਆ, ਜੋਤ ਕੋਲ ਜੋਤ, ਤਿੰਨ ਪੈਸੇ ਦੇ ਘਿਓ ਦੀ ਜੋਤ ਕਰ ਦੂਗੀ ਚਾਨਣ ਤੇਰੇ ਅੰਦਰ 'ਚ। ਸਾਡੇ ਘਰ ਜੀ ਵੈਸੇ ਤਾਂ ਨਿਤਨੇਮ ਨਹੀਂ ਕਰਦੇ, ਦੇਸੀ ਘਿਓ ਦੀ ਦੁਕਾਨ 'ਤੇ ਵੀ ਅਤੇ ਘਰ 'ਚ ਵੀ ਜੋਤ ਜਗਦੀ। ਕਿੱਧਰ ਦੀਆਂ ਗੱਲਾਂ ਚੁੱਕੀ ਫਿਰਦੇ ਹੋ ਤੁਸੀਂ, ਕਿਹੜੇ ਯੁੱਗ ਦੀਆਂ? ਇਹ ਕਿੰਨੇ ਰਾਹ ਪਾਇਆ ਤੁਹਾਨੂੰ? ਇਹ ਰਾਹ ਨਹੀਂ, ਇਹ ਕੁਰਾਹ ਹੈ। ਗੁਰੂ ਦਾ ਰਾਹ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭੜਕੇ ਉੱਠ ਬੋਲੋ ਜਸ ਜੇਬਾ ਦਿਨ ਰਾਤ, ਪ੍ਰਭ ਆਪਣੇ ਜਨ 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 ਸੇਵਕ ਨੂੰ ਇਹ ਦਾਤ ਕੀਤੀ ਵੀ ਬੋਲੋ ਜਸ ਜੇਬਾ ਦਿਨ। ਉਹਨੇ ਤਾਂ ਨਹੀਂ ਕਿਹਾ ਜਗਾਓ ਜੋਤ ਰਾਤ ਦਿਨ, ਨਾਮ ਦੀ ਜੋਤ, ਨਾਮ ਤੇਰੇ ਕੀ ਜੋਤ ਲਗਾਈ ਜਗਾਈ। ਪਇਓ ਜਿਆਰੋ ਭਵਨ ਸਗਲਾ ਰੇ, ਐਸ ਘਰ ਵਿੱਚ ਚਾਨਣ ਕਰਨਾ ਸੀ ਜਿੱਥੇ ਸੱਜਣਾ ਅੱਜ ਵੀ ਹਨੇਰਾ ਹੈ। ਇਹ ਹਨੇਰੇ ਦੀ ਗੱਲ ਸੀ, ਫੁੱਲ ਤੋੜ ਕੇ ਗੁਰੂ ਅੱਗੇ ਵਿਛਾਉਣੇ। ਕਦੀ ਇਕੱਲੇ ਸੋਚ ਕੇ ਬੈਠੇ ਹੋ, ਗੁਰੂ ਨੂੰ ਕੋਲ ਬਾਲਿਓ, ਕਿਸੇ ਪ੍ਰਚਾਰਕ ਬਾਬੇ ਨੂੰ ਨਾ ਕੋਲ ਬਾਲਿਓ, ਆਪਣੇ ਕੋਲ ਗੁਰੂ ਗ੍ਰੰਥ ਸਾਹਿਬ ਨੂੰ ਬਾਲਿਓ। ਪਿਤਾ ਜੀ ਕੀ ਮੈਂ ਤੁਹਾਡਾ ਸਤਿਕਾਰ ਕੀਤਾ ਹੈ? ਇੰਨੇ ਸੋਹਣੇ ਭਾਈ ਵੀਰ ਸਿੰਘ ਸਾਹਿਬ ਨੇ ਕਿੰਨਾ ਸੋਹਣਾ ਲਿਖਿਆ, ਟਾਹਣੀ ਨਾਲੋਂ ਤੋੜ ਨਾ ਛਾ, ਆਖਰ ਨਾਲੇ ਉਹਨਾਂ ਬੜਾ ਸਤਿਕਾਰ ਕਰਦੇ ਹੋ, ਕਿਹਦਾ? ਉੱਚੀ ਬੋਲੋ,
ਕਲਗੀਧਰ ਚਮਤਕਾਰ, ਗੁਰੂ ਨਾਨਕ ਚਮਤਕਾਰ, ਐਡੇ ਐਡੇ ਰਹੱਸਮਈ ਸ਼ਬਦ ਵਰਤ ਵਰਤ ਕੇ ਉਹਨਾਂ ਪਬਲਿਕ 'ਚ ਗਿਆਨ ਵੰਡਿਆ ਗੁਰਮਤ ਦਾ, ਅਤੇ ਕੀ ਕਹਿੰਦਾ ਉਹ, ਟਾਹਣੀ ਨਾਲੋਂ ਤੋੜ ਨਾ ਸਾਨੂੰ ਅਸੀਂ ਹੱਟ ਮਹਿਕ ਦੀ ਲਾਈ। ਕਿੰਨਾ ਚਿਰ ਖਿੜਨਾ ਸੀ, ਕਿੰਨਾ ਚਿਰ ਕੁਦਰਤ ਨੂੰ ਇਸ ਵਾਤਾਵਰਨ ਵਿੱਚ ਉਹਨੇ ਸੁਗੰਧੀ ਭਰਨੀ ਸੀ। ਇਸ ਤਰ੍ਹਾਂ ਹੀ ਲੋਕਾਂ ਨੇ ਜਿਸ ਤਰ੍ਹਾਂ ਫੁੱਲ ਤੋੜ ਕੇ ਸੁਗੰਧੀ ਵਾਲਾ ਤੋੜ ਕੇ ਰੋਲਤਾ, ਇਸ ਤਰ੍ਹਾਂ ਹੀ ਨਾਮ ਜਪਣ ਵਾਲਿਆਂ ਨੂੰ ਰੋਲਦੇ ਲੋਕੀ। ਚੰਗੀ ਤਰ੍ਹਾਂ ਧਿਆਨ ਦਿਓ, ਬਰੀਕੀ 'ਚ ਜਾ ਕੇ ਵੇਖਿਓ, ਆਖੋ ਵਾਹਿਗੁਰੂ। ਕਿਸੇ ਨੂੰ ਕੋਈ ਖਿੜਿਆ ਫੁੱਲ ਚੰਗਾ ਨਹੀਂ ਲੱਗਦਾ। ਕੋਈ ਨਾਮ ਧਰੀਕ ਜੀਵ ਹੋਵੇ ਉਹਦਾ ਇਸ ਤਰ੍ਹਾਂ ਤੋੜਨ ਦੀ ਕੋਸ਼ਿਸ਼ ਕਰਦੇ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਬੰਦਾ ਇਹ ਡਿੱਗੇ। ਆਖੋ ਵਾਹਿਗੁਰੂ। ਦੂਜੀ ਛੋੜ ਕਵਟੜੀ ਇੱਕ ਸਸਿਓਂ ਚਤਲਾਏ, ਦੂਜੇ ਭਾਵੀ ਨਾਨਕਾ। ਦੂਜੇ ਰਾਹ 'ਤੇ ਤੁਰੇ ਹੋਏ ਜਿਹੜੇ ਦੂਸਰੇ ਭਾਵ 'ਚ ਚਲੇ ਗਏ, ਗੁਰਮਤ ਛੱਡ ਕੇ ਮਨਮਤ ਵੱਲ ਚਲੇ ਗਏ, ਵਾਹਣ ਲੁੱਡੰਦੜੀ ਜਾਏ, ਵਕਾਰਾਂ ਦੇ ਵਹਿਣਾ ਵਿੱਚ ਉਹ ਰੁੜ ਜਾਂਦੇ ਨੇ ਲੋਕੀ ਜਿਹੜੇ ਬਾਬੇ ਦਾ ਰਾਹ ਛੱਡ ਕੇ ਆਪਣੇ ਰਾਹ ਬਣਾਉਂਦੇ ਨੇ। ਆਖੋ ਵਾਹਿਗੁਰੂ। ਹੱਥ ਜੋੜ ਕੇ ਬੇਨਤੀ ਹੈ, ਆਖਰੀ ਦੀਵਾਨ ਸੀ ਅੱਜ ਅੰਮ੍ਰਿਤ ਵੇਲੇ ਦਾ, ਕਦੀ ਫਿਰ ਨਦੀ ਨਾਮ ਸੰਜੋਗੀ ਮੇਲੇ, ਗੁਰੂ ਤੁਹਾਡੇ ਚਰਨ ਪਰਸਾਵੇ, ਆਪਣੇ ਦਰਸ਼ਨ ਬਖਸ਼ੇ ਮੇਰਾ ਸਾਹਿਬ। ਹਾਲ ਬਹੁਤ ਸੋਹਣਾ ਹੈ, ਇਹਦੇ ਵਿੱਚ ਬਹਿ ਕੇ ਕਥਾ ਆਨੰਦ ਆਉਂਦਾ ਹੈ, ਕੀਰਤਨ ਕਰਨ ਦਾ, ਕਥਾ ਕਰਨ ਦਾ। ਤੁਹਾਨੂੰ ਵੀ ਇੱਕ ਯੋਗ ਜਗ੍ਹਾ ਲੱਭਦੀ ਹੈ ਜਿੱਥੇ ਸਾਰਾ ਸਿਸਟਮ ਠੀਕ ਹੈ। ਗੁਰੂ ਅੱਗੇ ਅਰਦਾਸ ਕਰਿਓ, ਫਿਰ ਬਾਪੂ ਆਪਣੀ ਗੋਦ 'ਚ ਕਦੀ ਬਾਲੇ। ਅੱਜ ਵਾਲੇ ਸ਼ਬਦ ਦੀ ਹੁਣ ਵਿਚਾਰ ਕਰਾਂਗੇ, ਇੱਕ ਵਾਰ ਨਵੇਂ ਪਾਤਸ਼ਾਹ ਨੂੰ ਯਾਦ ਕਰ ਲਈਏ ਅਤੇ ਇਸ ਸਲੋਕ ਨੂੰ ਦੁਬਾਰਾ ਪੜ੍ਹ ਲਈਏ ਜੀ। ਦੂਜੀ ਛੋੜ ਕਵਟੜੀ ਇੱਕ ਸਿਓਂ ਚਿਤ ਲਾਏ, ਦੂਜੇ ਭਾਵੀ ਨਾਨਕਾ, ਵਾਹਣ ਲੁੱਡੰਦੜੀ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, 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 ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਚਨ ਪੁੱਛਦਾ ਆਪ ਜੀ ਕੋਲੋਂ, ਅੱਗੇ ਦੱਸਿਆ ਪਕੜ ਲੋਗ ਛੇਤੀ, ਜਿੱਦਣ ਕੋ ਫੁੱਲ ਖਿੜਦਾ ਹੈ, ਫੁੱਲ ਅਤੇ ਭਵਰੇ ਨੂੰ ਕੌਣ ਸੁਣਾ ਦਿੰਦਾ ਹੈ ਵੀ ਇਸ ਸਾਈਡ 'ਤੇ ਕੋਈ ਅਤੇ ਭਵਰਾ ਕਰਦਾ ਉੱਥੇ ਪਹੁੰਚਦਾ ਹੈ ਅਤੇ ਉਹਦੀ ਖੁਸ਼ਬੋ ਦਾ ਰਸ ਪੀਂਦਾ ਹੈ। ਇਸ ਤਰ੍ਹਾਂ ਦਾ ਖਿੜਿਆ ਸੀ ਕੋਈ ਫੁੱਲ। ਆਖੋ ਵਾਹਿਗੁਰੂ, ਉੱਚੀ ਬੋਲੋ। ਪਟਿਆਲੇ ਵਿੱਚ ਬਹਾਦਰਗੜ੍ਹ ਜਗ੍ਹਾ ਹੈਗੀ, ਕਿੰਨਾ ਕਿੰਨਾ ਨੂੰ ਪਤਾ ਹੈ ਬਹਾਦਰਗੜ੍ਹ। ਸੈਫਦੀਨ ਨਾਂ ਸੀ ਉਹਦਾ, ਸੈਫਦੀਨ, ਸੈਫਦੀਨ ਔਰੰਗਜ਼ੇਬ ਦਾ ਸਾਂਢੂ ਆ,
ਰਿਸ਼ਤੇ ਵਿੱਚ ਔਰੰਗਜ਼ੇਬ ਬਾਦਸ਼ਾਹ ਦਾ ਸੰਡੂ ਲੱਗਦਾ, ਖਿੜ ਗਿਆ, ਖੁਦਾ ਪ੍ਰਸਤ ਹੋ ਗਿਆ, ਖੁਦਾ ਪ੍ਰਸਤ ਹੋ ਗਿਆ। ਮੈਂ ਅਰਦਾਸ ਕਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਇਆ ਕਰਿਓ, ਹਰ ਜੀਵ ਖੁਦਾ ਪ੍ਰਸਤ ਹੋਵੇ, ਰੱਬ ਨੂੰ ਮੰਨੇ, ਥੱਲੇ ਦੀ ਗੱਲ ਹੀ ਨਾ ਕਰੇ। ਪਤਾ ਲੱਗਾ ਜੀ, ਥੱਲੇ ਦੀ ਕੋਈ ਦੇਵੀ, ਕੋਈ ਦੇਵਤਾ, ਕੋਈ ਪੀਰ, ਕੋਈ ਪੈਗੰਬਰ, ਕੋਈ ਮੜੀ, ਕੋਈ ਪਿੱਪਲ, ਕੁਛ ਨਾ ਹੋਵੇ, ਇੱਕੋ ਸ਼ਬਦ ਹੋਵੇ, ਇਹ ਆ ਖੁਦਾ ਪ੍ਰਸਤੀ। ਸ਼ਬਦ ਦਾ ਆਪਾਸ਼ਕ ਹੋਣਾ, ਇਹ ਆ ਖੁਦਾ ਪ੍ਰਸਤੀ। ਉਹ ਜਪਦਾ ਸੀ, ਭਾਵੇਂ ਨਮਾਜ਼ ਪੜ੍ਹਦਾ ਸੀ, ਮਗਰ ਸੁਰਤ ਜੋੜਦੀ ਸੀ ਅਤੇ ਖਿੜ ਚੁੱਕਿਆ ਸੀ। ਕੌਣ? ਸੈਫਦੀਨ ਨਾਮ ਹੈ ਉਹਦਾ। ਆਖੋ ਵਾਹਿਗੁਰੂ। ਇੱਧਰ ਭੌਰਾ ਆਨੰਦਪੁਰ ਸਾਹਿਬ ਤੋਂ ਤੁਰਿਆ, ਪਤਾ ਲੱਗਾ ਕਿਹੜਾ? ਗੁਰੂ ਤੇਗ ਬਹਾਦਰ ਸਾਹਿਬ। ਤੇਗ ਬਹਾਦਰ ਸਿਮਰੀਐ, ਤੇਗ ਬਹਾਦਰ ਸਿਮਰੀਐ, ਤੇਗ ਕਰਨਾਨ ਦਿਆਵੈ ਤਾਏ, ਕਰਨਾਨ ਦਿਆਵੈ ਤਾਏ, ਕਰ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਬਾਬਾ ਤੇਗ ਬਹਾਦਰ ਸਿਮਰੀਐ, ਬਾਬਾ ਤੇਗ ਬਹਾਦਰ ਸਿਮਰੀਐ, ਬਾਬਾ ਕਰੋ ਯਾਦ। ਤੁਰੇ ਜਾਂਦੇ ਨੇ ਕੁਰਬਾਨੀ ਦੇਣ ਨੂੰ, ਅਤੇ ਸੈਫਦੀਨ ਨੂੰ ਬੰਦਗੀ ਕਰਨ ਵਾਲਾ ਸੀ, ਇਸ ਗੱਲ ਦਾ ਪਤਾ ਸੀ ਵੀ ਔਰੰਗਜ਼ੇਬ ਨੇ ਮਨ ਵਿੱਚ ਕੀ ਧਾਰਿਆ ਹੈ। ਨੋਟ ਕਰਿਓ ਗੁਰੂ ਕੇ ਸਿੱਖੋ, ਆਸਤੇ ਆਸਤੇ ਦੱਸ ਰਿਹਾ, ਤੁਹਾਨੂੰ ਪਤਾ ਲੱਗੇ। ਔਰੰਗਜ਼ੇਬ ਸਾਂਢੂ ਸੀ ਨਾ, ਅਤੇ ਉੱਥੋਂ ਦੀਆਂ ਗੱਲਾਂ ਦਾ ਪਤਾ ਲੱਗ ਰਿਹਾ ਸੀ। ਜਿਸ ਤਰ੍ਹਾਂ ਅੱਜ ਕਿਸੇ ਨੇ ਵੀਡੀਓ ਨਹੀਂ ਪਾ ਦਿੱਤੀ, ਕੱਲ੍ਹ ਪਰਸੋਂ ਦੀ ਪਾਈ ਨਾ, ਵੀ ਇਹਨਾਂ ਦੇ ਮਨ ਵਿੱਚ ਆਹ ਮਾਸਟਰ ਪਲਾਨ, ਜੇ ਇਹਨਾਂ ਨੇ ਇਸ ਤਰ੍ਹਾਂ ਦੀ ਗੱਲ ਸੋਚੀ, ਜੇ ਪਤਾ ਆਖਰ ਲੱਗਦਿਆਂ ਲੱਗਦਿਆਂ ਕਿਤੇ ਲੱਗ ਹੀ ਜਾਂਦਾ ਨਾ। ਆਖੋ ਵਾਹਿਗੁਰੂ। ਤਖ਼ਤ ਉਹ ਹੀ ਆ, ਬਾਦਸ਼ਾਹੀਅਤ ਉਹ ਹੀ ਆ। ਕਦੀ ਉਹ ਸੀ ਨਮਾਜ਼ ਪੜ੍ਹਨ ਵਾਲਾ, ਅੱਜ ਗੀਤਾ ਅਤੇ ਰਮਾਇਣ ਦਾ ਪਾਠ ਕਰਨ ਵਾਲਾ ਉਸ ਤਖ਼ਤ 'ਤੇ ਬੈਠਾ ਹੈ। ਆਖੋ ਵਾਹਿਗੁਰੂ। ਉਹਨੂੰ ਪਤਾ ਲੱਗ ਗਿਆ, ਖੁਦਾ ਪ੍ਰਸਤ ਸੀ, ਪੀੜਾ ਹੋਈ, ਹੈਂ ਐਡੇ ਰੱਬ ਦੇ ਪਿਆਰੇ ਨੂੰ, ਇੰਨੀ ਰੱਬ ਦੀ ਮੂਰਤ ਨੂੰ ਕੋਈ ਸ਼ਹੀਦ ਕਰ ਦੂ। ਆਖੋ ਵਾਹਿਗੁਰੂ। ਇਹ ਤਾਂ ਕਹਿਰ ਵਰਸੂ ਦੁਨੀਆਂ ਦੇ ਉੱਤੇ, ਦੁਨੀਆਂ ਫਨਾਹ ਹੋ ਜੂਗੀ। ਖੁਦਾ ਪ੍ਰਸਤ ਨੂੰ ਡਰ ਆਉਂਦਾ ਹੈ, ਅੱਜ ਵੀ ਆਉਂਦਾ ਹੈ। ਆਖੋ ਵਾਹਿਗੁਰੂ। ਨਹੀਂ ਪਤਾ ਲੱਗਾ, ਜਿਹੜੇ ਖੁਦਾ ਪ੍ਰਸਤ ਲੋਕ ਆ ਅੱਜ ਵੀ ਇਸ ਤਰ੍ਹਾਂ ਮਨ ਦੇ ਵਿੱਚ ਪੈ ਖਾਂਦੇ ਵੀ ਉਹਨਾਂ ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ ਕਿਤੇ ਗੋਲੀ ਨਾ ਚੱਲ ਜਾਏ, ਬਜ਼ੁਰਗਾਂ 'ਤੇ ਕਿਤੇ, ਕਿ ਪਾਪੀ ਕੁਝ ਵੀ ਕਰ ਸਕਦਾ ਹੈ। ਆਖੋ ਵਾਹਿਗੁਰੂ। ਜਿਸ ਬੰਦੇ ਦੇ ਅੰਦਰ ਪਾਪ ਆ, ਤੁਸੀਂ ਕਦੀ ਪਾਪੀ ਪਿਓ ਨੂੰ ਵੇਖੋ, ਆਪਣੀ ਧੀ ਦਾ ਗਲ ਘੁੱਟ ਦਿੰਦਾ ਹੈ। ਪਾਪੀ ਪਿਓ ਨੂੰ ਵੇਖਿਓ, ਆਪਣੀ ਔਰਤ ਦਾ ਵੀ ਗਲ ਘੁੱਟ ਦਿੰਦਾ ਹੈ। ਪਤਾ ਨਹੀਂ ਲੱਗਦਾ, ਪਾਪ ਕਰਨ ਵਾਲੇ ਬੰਦੇ ਨੂੰ ਪਾਪ ਦਾ ਪਤਾ ਨਹੀਂ ਲੱਗਦਾ, ਮਗਰੋਂ ਪਤਾ ਲੱਗਦਾ ਮੇਰੇ ਕੋਲੋਂ ਪਾਪ ਹੋ ਗਿਆ। ਅਤੇ ਅੱਜ ਦੁਨੀਆਂ ਭਰ ਦੇ ਸਿਆਣੇ ਬੰਦੇ ਕਹਿ ਰਹੇ ਨੇ
ਪੀਐਮ ਸਾਹਿਬ ਜੀ ਕਿਤੇ ਗੁਨਾਹ ਨਾ ਕਰ ਬੈਠਿਓ। ਲੋਕ ਸਿਆਣੇ ਸਲਾਹ ਦਿੰਦੇ। ਇਹ ਤਰ੍ਹਾਂ ਦਾ ਇੱਕ ਸਿਆਣਾ ਸੀ ਸੈਫਦੀਨ, ਜਿਹਨੇ ਮਨ ਵਿੱਚ ਹੀ ਫੁਰਨਾ ਬਣਾਇਆ ਵੀ ਮੈਨੂੰ ਪਤਾ ਹੈ ਵੀ ਦਿੱਲੀ ਵਿੱਚ ਕੀ ਪਾਣਾ ਵਰਤਣਾ ਹੈ, ਅਤੇ ਕਿਤੇ ਮੇਰਾ ਬਾਬਾ ਇੱਧਰ ਦੀ ਲੰਘੇ ਅਤੇ ਮੈਂ ਬਾਬੇ ਨੂੰ ਦੱਸ ਦੇਵਾਂ। ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਮਨ ਬੈਰਾਗ ਪਿਆ, ਮਨ ਬੈਰਾਗ ਪਿਆ, ਮਨ ਬੈ ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਦੇਖਣੇ ਕਾ ਚਾਓ, ਦਰਸ਼ਨ ਮੈਂ ਤੁਹਾਨੂੰ ਸਾਰਿਆਂ ਨੂੰ ਸੱਦਾ ਦੇਣਾ। ਪੁਲਿਸ ਦਾ ਕਬਜ਼ਾ ਹੈ ਹੁਣ ਬਹਾਦਰਗੜ੍ਹ, ਟ੍ਰੇਨਿੰਗ ਸੈਂਟਰ ਬਣਿਆ ਕਮਾਂਡੋ ਦਾ, ਮਗਰ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਡੱਕੂ ਕੋਈ ਨਹੀਂ। ਉਹ ਮਸਜਿਦ ਵੇਖਿਓ ਜਿਹੜੀ ਸੈਫਦੀਨ ਨੇ ਆਪਣੇ ਹੱਥੀਂ ਬਣਵਾਈ, ਅਜੇ ਵੀ ਹੈਗੀ। ਆਖੋ ਵਾਹਿਗੁਰੂ। ਉਸ ਮਸਜਿਦ ਵਿੱਚੋਂ ਅੰਮ੍ਰਿਤ ਵੇਲੇ ਦੀ ਨਮਾਜ਼ ਪੜ੍ਹ ਕੇ ਹੱਥ ਜੁੜੇ, ਯਾ ਖੁਦਾ ਮੈਂ ਇੱਕ ਤੇਰਾ ਸੇਵਾਦਾਰ ਹਾਂ, ਮੈਂ ਸੇਵਾ ਕਰਨੀ ਚਾਹੁੰਦਾ, ਸੇਵਾ ਇਹ ਕਰਨੀ ਚਾਹੁੰਦਾ ਵੀ ਮੈਂ ਉਸ ਖੁਦਾ ਦੇ ਪਿਆਰੇ ਨੂੰ ਦੱਸਾਂ ਵੀ ਦਿੱਲੀ ਵਿੱਚ ਕੀ ਸਲਾਹਾਂ ਹੋ ਗਈਆਂ। ਆਖੋ ਵਾਹਿਗੁਰੂ। ਦਿੱਲੀ ਨੇ ਕੀ ਮਨ ਵਿੱਚ ਫੁਰਨੇ ਧਾਰ ਲਏ ਨੇ, ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ ਹੈ। ਆਖੋ ਵਾਹਿਗੁਰੂ। ਕਦੀ ਉਹਨਾਂ ਦੀ ਬਾਂਹ ਫੜਨ ਗਿਆ ਸੀ ਅਤੇ ਉਹਨੇ ਆਖਿਆ ਤੂੰ ਇਹਨਾਂ ਦੀ ਮਦਦ ਕਿਉਂ ਕਰਦਾ ਹੈ, ਹਿੰਦੂਆਂ ਦੇ ਤਿਲਕ ਜੰਜੂ ਦੀ ਤੂੰ ਤਾਂ ਪਾਉਂਦਾ ਨਹੀਂ, ਨਾ ਤੂੰ ਤਿਲਕ ਲਾਉਣਾ ਹੈ, ਤੂੰ ਤਾਂ ਪਹਿਲੇ ਜਾਮੇ 'ਚ ਕਹਿ ਦਿੱਤਾ ਸੀ ਮੈਂ ਨਾ ਤਿਲਕ ਲਾਉਣਾ ਨਾ ਮੈਂ ਬੋਲਿਆ ਕਰੋ ਪਾਲੇ ਉਹ ਬੋਲੇ ਬੋਲਿਆ ਮੈਂ ਨਾ ਜੰਜੂ ਪਾਉਣਾ ਹੈ ਅਤੇ ਨਾ ਤਿਲਕ, ਫਿਰ ਤਿਲਕ ਅਤੇ ਜੰਜੂਲੀ ਤੂੰ ਕਿੱਥੋਂ ਆਨੰਦਪੁਰ ਸਾਹਿਬ ਤੋਂ ਤੁਰ ਪਿਆ ਹੈ, ਤੇਰਾ ਤਾਂ ਕੰਮ ਨਹੀਂ, ਤੂੰ ਕਿਉਂ ਇਹਨਾਂ ਦੀ ਮਦਦ ਕਰਦਾ ਹੈ। ਅਤੇ ਮੇਰੇ ਬਾਪੂ ਨੇ ਆਖਿਆ ਸੀ ਇਹਦੀ ਜਗ੍ਹਾ 'ਤੇ, ਇਹਨਾਂ ਦੀ ਜਗ੍ਹਾ 'ਤੇ ਜੇ ਤੂੰ ਵੀ ਹੁੰਦਾ ਨਾ ਔਰੰਗਜ਼ੇਬ, ਤੇਰੇ ਨਾਲ ਜ਼ੁਲਮ ਹੁੰਦਾ ਅਤੇ ਮੈਂ ਤਾਂ ਵੀ ਆਉਂਦਾ। ਤੁਸੀਂ ਨੋਟ ਨਹੀਂ ਕੀਤਾ ਨਹੀਂ ਭੈਣ? ਨਹੀਂ ਆ ਸਮਰਾਲੇ ਵਾਲੀ ਦੇ ਅੱਗੇ ਬੈਠੀ ਨਹੀਂ ਪਤਾ ਲੱਗਾ, ਵੇਖਿਆ ਮੈਂ ਗਿਆ ਸੀ ਨਾ ਕਿਤੇ। ਆਖੋ ਵਾਹਿਗੁਰੂ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਵੀ ਤੂੰ ਨਜਾਇਜ਼ ਗਲਤ ਸੋਚਦਾ ਵੀ ਮੈਂ ਇਹਨਾਂ ਦੀ ਮਦਦ ਕਰਨਾ ਆ, ਮੈਂ ਤਾਂ ਮਜ਼ਲੂਮਾਂ ਦਾ ਰਾਖਿਆ ਏ ਗੱਦੀ ਜਿਹੜੀ, ਜੇ ਇਹਦੀ ਜਗ੍ਹਾ 'ਤੇ ਅੱਜ ਤਿਲਕ ਅਤੇ ਜੰਜੂ ਦੀ ਜਗ੍ਹਾ 'ਤੇ ਤੇਰੀ ਸੁਨਤ ਨੂੰ ਖਤਰਾ ਹੁੰਦਾ, ਤੇਰੀ ਨਮਾਜ਼ ਨੂੰ ਖਤਰਾ ਹੁੰਦਾ, ਤਾਂ ਮੇਰੀ ਨਜ਼ਰ ਵਿੱਚ ਹਿੰਦੂ ਮੁਸਲਮਾਨ ਦਾ ਸਵਾਲ ਨਹੀਂ, ਤੂੰ ਵੀ ਕਿਤੇ ਅਨੰਦਪੁਰ ਸਾਹਿਬ ਆਉਣੋ, ਤੇਰੀ ਉਮਤ ਅਨੰਦਪੁਰ ਸਾਹਿਬ ਆਉਂਦੀ ਤਾਂ ਮੈਂ ਇਹ ਨਹੀਂ ਸੀ ਵੇਖਣਾ, ਕਿਉਂਕਿ ਮੈਂ ਤਾਂ ਹਿੰਦੂ ਅਤੇ ਮੁਸਲਮਾਨ ਦੋਵਾਂ 'ਚ ਹੀ ਨਹੀਂ ਪਤਾ ਲੱਗਾ ਨਾ ਹਮ ਹਿੰਦੂ। ਵੇਖਿਆ ਜਿਹੜਾ ਛਾਬਾ ਹੁੰਦਾ ਛਾਬਾ, ਉਹਦੇ ਇੱਕ ਉੱਤੇ ਬੋਧੀ ਹੁੰਦੀ, ਨਹੀਂ ਪਤਾ ਲੱਗਦਾ, ਪਕੜੋ ਹਾਂ ਤਾਂ ਫਿਰ ਮੈਨੂੰ ਦੱਸੋ ਪੜ੍ਹ ਲਿਆ। ਉਹ ਬੋਧੀ ਨਾ ਇਸ ਛਾਬੇ ਦੀ ਹੁੰਦੀ ਨਾ ਇਸ ਛਾਬੇ ਦੀ, ਉਹ ਦੋਵਾਂ ਦੀ
ਸਾਂਝੀ ਹੁੰਦੀ ਆਖੋ ਵਾਹਿਗੁਰੂ ਵਾਹਿਗੁਰੂ ਮੈਂ ਤਾਂ ਤਰਾਜੂ ਹਾਂ ਜਿਹਨੂੰ ਦਬਾਇਆ ਜਾਊਗਾ ਮੈਂ ਉਹਦੇ ਵੱਲ ਹਾਂ ਅਤੇ ਮੈਂ ਤੇਰੇ ਥਾਂ ਵੀ ਆਉਂਦਾ ਮਗਰ ਉਹ ਕੱਟੜ ਸੀ ਅੱਜ ਵੀ ਕਿੰਨੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਬਾਦਸ਼ਾਹ ਜਿਹੜਾ ਹੁੰਦਾ ਮਾਇਆ ਧਾਰੀ ਅੱਤ ਅੰਨਾ ਅਤੇ ਬੋਲਾ ਉਹਦੇ ਦਿਮਾਗ 'ਚ ਗੱਲ ਨਹੀਂ ਵੜਦੀ ਨਹੀਂ ਵੜੀ ਨਹੀਂ ਵੜੀ ਸੈਫਦੀਨ ਨੇ ਅੰਮ੍ਰਿਤ ਵੇਲੇ ਨਮਾਜ਼ ਅਦਾ ਕਰਕੇ ਆਖਿਆ ਯਾ ਖੁਦਾ ਕਿਤੇ ਉਹ ਰੱਬ ਦਾ ਪਿਆਰਾ ਮੈਨੂੰ ਮਿਲ ਜਾਏ ਅਤੇ ਮੈਂ ਉਹਨੂੰ ਪਹਿਲਾਂ ਦੱਸ ਦਵਾਂ ਇੱਧਰੋਂ ਹਾਲੀ ਨਮਾਜ਼ ਪੜ੍ਹ ਕੇ ਦੋ ਕੁ ਘੰਟੇ ਬਾਗ ਵਿੱਚ ਸੈਰ ਕਰਦਾ ਸੀ ਅਤੇ ਆਵਾਜ਼ ਆਈ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਵਾਹਿਗੁਰੂ 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 ਇਸ ਅਗੰਮੀ ਧੁਨ ਨੇ ਸੈਫਦੀਨ ਨੂੰ ਕੀਲ ਲਿਆ ਇੰਨੀ ਮਿੱਠੀ ਆਵਾਜ਼ ਤੇ ਮੇਰੇ ਪਿਆਰੇ ਦੀ ਹੋ ਸਕਦੀ ਮੇਰੇ ਖੁਦਾ ਦੀ ਹੋ ਸਕਦੀ ਭੱਜਾ ਗਿਆ ਬਾਹਰ ਵੇਖਿਆ ਕਾਫੀ ਸੰਗਤ ਸੀ ਨਾਲ ਕੋਈ ਉੱਚਾ ਲੰਬਾ ਗੋਲ ਦਮਾਲਾ ਬੱਧਾ ਚਿੱਟਾ ਚੋਲਾ ਪਾਇਆ ਤੁਹਾਡੇ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਅੰਦਰ ਤੱਕ ਮੈਸੇਜ ਚਲੇ ਗਿਆ ਜਿਹਨੂੰ ਬੁਲਾਉਂਦਾ ਸੈਂ ਆ ਗਿਆ ਵੱਡਾ ਪਲੰਘ ਵਿਛਾਤਾ ਉੱਤੇ ਚਿੱਟੀ ਚਾਦਰ ਵਿਛਾਤੀ ਪਾ ਲਿਆ ਮੇਰੇ ਸਾਹਿਬ ਨੂੰ ਮੇਰੇ ਸਤਿਗੁਰੂ ਦੇ ਚਰਨਾਂ ਵਿੱਚ ਬਹਿ ਕੇ ਬੜਾ ਰੋਇਆ ਬੜਾ ਰੋਇਆ ਆਖੋ ਵਾਹਿਗੁਰੂ ਬੜਾ ਰੋਇਆ ਸੈਫਦੀਨ ਗੱਲ ਕੀ ਹੈ ਜਾਣਦਾ ਸਭ ਕੁਛ ਹੈ ਜਾਣਦਾ ਮਗਰ ਪੁੱਛਦਾ ਸੈਫਦੀਨ ਗੱਲ ਕੀ ਰੋਂਦਾ ਕਿਉਂ ਹੈ ਕਿਉਂ ਬਰਾਕ ਕਰਦਾ ਹੈ ਸੈਫਦੀਨ ਕਹਿੰਦਾ ਮਹਾਰਾਜ ਜਿੱਧਰ ਨੂੰ ਤੁਸੀਂ ਚੱਲੇ ਹੋ ਨਾ ਉੱਥੇ ਸਰਕਾਰ ਦੇ ਇਰਾਦੇ ਸਾਫ ਨਹੀਂ ਆਖੋ ਵਾਹਿਗੁਰੂ ਮੇਰਾ ਸਾਂਢੂ ਲੱਗਦਾ ਹੈ ਮੈਨੂੰ ਆਏ ਬਗਾਏ ਤੋਂ ਖਬਰਾਂ ਆਈਆਂ ਨੇ ਵੀ ਉਹਨਾਂ ਦਾ ਮਨ ਸਾਫ ਨਹੀਂ ਤੁਹਾਡੇ ਪ੍ਰਤੀ ਸਾਹਿਬ ਨੇ ਕਿਹਾ ਸੈਫਦੀਨ ਜੋ ਆਇਆ ਸੋ ਚੱਲ ਸੀ ਅਸੀਂ ਇਸ ਹੁਕਮ ਨੂੰ ਆਪਣੀ ਸੁਰਤ ਦੀ ਪੱਟੀ 'ਤੇ ਲਿਖਿਆ ਹੈ ਲਿਖਿਆ ਮੇਟ ਨਾ ਸਕੀਏ ਜੋ ਲਿਖਿਆ ਸੋ ਵਰਤਦਾ ਉਹਨੇ ਹੋ ਕੇ ਹੀ ਰਹਿਣਾ ਹੈ ਦਿਨ ਤੋਂ ਬਾਅਦ ਰਾਤ ਨਾ ਪਵੇ ਕੌਣ ਰੋਕ ਸਕਦਾ ਹੈ ਰਾਤ ਤੋਂ ਬਾਅਦ ਕੋਈ ਦੁਨੀਆ ਦੀ ਤਾਕਤ ਐਡੇ ਐਡੇ ਸਾਇੰਸ ਵਾਲੇ ਬਣ ਗਏ ਨੇ ਰੋਕ ਕੇ ਵਿਖਾਲੋ ਦਿਨ ਚੜ੍ਹਨ ਨੂੰ ਜੇ ਦਿਨ ਚੜ੍ਹਨਾ ਫਿਰ ਰਾਤ ਦਿਨ 'ਤੇ ਸਰਪਰ ਪੌਸੀ ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ ਇੱਕ ਕੁਦਰਤ ਦਾ ਨਿਯਮ ਆ ਇਹ ਵੀ ਮਰਨਾ ਅਤੇ ਜੰਮਣਾ ਵੀ ਇੱਕ ਕੁਦਰਤ ਦਾ ਨਿਯਮ ਆ ਤੂੰ ਘਬਰਾਣ ਗੱਲ ਕੀ ਉਹਨੇ ਆਖਿਆ ਜੀ ਆਹ ਸਲਾਹ ਹੋ ਗਈ ਸਾਹਿਬ ਦੀ ਕੁਝ ਦਿਨ ਰੱਖ ਕੇ ਸੈਫਦੀਨ ਨੇ ਘਰ ਸੇਵਾ ਕੀਤੀ ਜਾਣ ਲੱਗਿਆ ਇੱਕ ਘੋੜਾ ਦਿੱਤਾ ਅੱਖ ਵਾਹਿਗੁਰੂ ਬੜੀਆਂ ਪਿਟਾਵਾਂ ਦਿੱਤੀਆਂ ਬੜੀ ਸੇਵਾ ਕੀਤੀ ਸੈਫਦੀਨ ਨੇ ਕਹਿੰਦਾ ਜਦੋਂ ਮੇਰਾ ਸਾਹਿਬ ਬਚਨ ਸੁਣਾਉਂਦਾ ਸੀ ਨਾ ਅੱਖ ਵਾਹਿਗੁਰੂ ਅਤੇ ਕਹਿੰਦਾ ਸੀ ਮੈਂ ਬੜਾ ਚਿਰ ਨਮਾਜ਼ਾਂ ਅਦਾ ਕੀਤੀਆਂ ਵੀ ਖੁਦਾ ਕਿਤੇ ਦਿਸੇ ਅੱਜ ਮੈਂ ਸਾਕਸ਼ਾਤ ਖੁਦਾ ਨੂੰ ਦੇਖ ਲਿਆ ਹੈ
ਹੁਣ ਮੈਨੂੰ ਕੋਈ ਡਰ ਨਹੀਂ, ਮੈਨੂੰ ਪਤਾ ਲੱਗ ਗਿਆ ਖੁਦਾ ਨੂੰ ਕੌਣ ਮਾਰ ਸਕਦਾ ਹੈ, ਖੁਦਾ ਨੂੰ ਅੱਲਾਹ ਤਾਲਾ ਨੂੰ ਕੌਣ ਮਾਰ ਸਕਦਾ ਹੈ। ਤੂੰ ਤਿੰਨ ਕੁ ਦਿਨ ਬਚਨ ਮੇਰੇ ਨਾਲ ਕੀਤੇ ਨੇ ਸਾਹਿਬ ਜੀ, ਅਤੇ ਮੈਨੂੰ ਪਤਾ ਲੱਗ ਗਿਆ ਖੁਦਾ ਕੋਈ ਹੋਰ ਨਹੀਂ ਤੂੰ ਹੀ ਹੈ। ਆਖੋ ਵਾਹਿਗੁਰੂ। ਇਹ ਬਚਨ ਜਿਹੜਾ ਅੱਜ ਪੜ੍ਹਨ ਲੱਗਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ, ਇਹ ਉਸ ਸਟੇਜ 'ਤੇ ਉਚਾਰਿਆ ਹੈ ਵੀ ਮੌਤ ਨੂੰ ਮੌਤ ਹੀ ਨਾ ਸਮਝਣਾ, ਮੌਤ ਨੂੰ ਵੀ ਜਿਸ ਕੇ ਡਰ ਪੈ ਭਾਗੀਏ, ਧਿਆਨ ਦਿਓ ਜਰਾ, ਜਿਸ ਕੇ ਅਸੀਂ ਵੀ ਮੌਤ ਨਾ ਕਿਤੇ ਆ ਜਾਏ, ਇੱਥੋਂ ਭੱਜੋ। ਸਾਹਿਬ ਜੀ ਕਹਿੰਦੇ ਜਿਸ ਕੇ ਡਰ ਪੈ ਭਾਗੀਏ ਅੰਮ੍ਰਿਤ ਤਾਂ ਕੋ ਨਾਉ, ਨਹੀਂ ਪਤਾ ਲੱਗਦਾ ਮੌਤ ਵੀ ਅੰਮ੍ਰਿਤ ਬਣ ਜਾਂਦੀ ਆ ਜੇ ਉਹਦੇ ਅੱਗੇ ਲੱਗ ਕੇ ਭੱਜੀਏ ਨਾ। ਤਾਂ ਬਣੀ ਸੀ ਕਿ ਨਹੀਂ ਬੋਲੋ ਨਾ ਗੁਰੂ ਕੇ ਸਿੱਖੋ, ਜਦੋਂ ਸਿਰ ਲੈ ਕੇ ਚਲੇ ਗਿਆ ਸੀ ਆਪ ਅਤੇ ਬਾਹਰ ਨਿਕਲਿਆ ਤਾਂ ਕੀ ਬਣਿਆ ਸੀ? ਅੰਮ੍ਰਿਤਧਾਰੀ, ਅੰਮ੍ਰਿਤਧਾਰੀ। ਆਖਿਰ ਆਖੋ ਵਾਹਿਗੁਰੂ। ਪਤਾ ਨਹੀਂ ਲੱਗਾ ਮੌਤ ਵੀ ਕਿੰਨਾ ਸੋਹਣਾ ਬਚਨ ਆ, ਜਿਸ ਕੇ ਡਰ ਭੈ ਭਾਗੀਏ, ਜਿਹਦੇ ਡਰ ਤੋਂ ਭੱਜੀਏ, ਅੰਮ੍ਰਿਤ ਤਾਕੋ ਨਾਉ। ਅੰਮ੍ਰਿਤ ਉਹਦਾ ਨਾਮ ਹੈ ਜਿਹੜੀ ਚੀਜ਼ ਆਉਣ ਲੱਗੀ ਸੀ ਮਗਰ ਅੰਮ੍ਰਿਤ ਪੀਣ ਲੱਗਾ, ਜੇ ਉਹ ਤੰਬੂ 'ਚੋਂ ਭੱਜ ਜਾਂਦਾ ਕਿਰਪਾਨ ਵੇਖ ਕੇ ਤਾਂ ਅੰਮ੍ਰਿਤਧਾਰੀ ਹੋ ਜਾਂਦਾ। ਬੋਲੋ ਗੁਰੂ ਕੇ ਸਿੱਖ, ਲੱਕ ਸਿੱਧਾ ਰੱਖੋ, ਸੁਚੇਤ ਹੋ ਕੇ ਸੁਣੋ। ਆ 15 ਮਿੰਟ ਤੁਹਾਡੇ ਮੇਰੇ ਇਸ ਸਮਾਗਮ ਦੇ ਆਖਰੀ ਨੇ, ਧਿਆਨ ਦਿਓ, ਪੀਓ ਰਸ ਨੂੰ। ਜੋ ਨਰ ਦੁੱਖ ਮੈਂ ਦੁੱਖ ਨਹੀਂ, ਸੁੱਖ ਸੁਨੇਹੋ ਅਰ ਭੈ ਨਹੀਂ। ਡਰ ਨਾ ਆਉਂਦਾ ਹੋਵੇ, ਸੁੱਖ ਨਾਲ ਪਿਆਰ ਨਾ ਹੋਵੇ ਅਤੇ ਇਹ ਡਰ ਨਾ ਹੋਵੇ ਵੀ ਸੁੱਖ ਕਿਤੇ ਜਾਂਦਾ ਨਾ ਰਹੇ। ਸੁੱਖ ਸੁਨੇਹੋ ਅਰ ਭੈ ਨਹੀਂ, ਜਾ ਕੈ ਕੰਚਨ ਮਾਟੀ ਮੰਨੇ। ਸੋਨਾ ਅਤੇ ਮਿੱਟੀ ਇੱਕ ਬਰਾਬਰ ਮੰਨੇ, ਹੈਗਾ ਇਸ ਤਰ੍ਹਾਂ ਦਾ? ਆਖੋ ਵਾਹਿਗੁਰੂ, ਗੱਜ ਕੇ ਬੋਲੋ। ਅੱਗੇ ਜਾ ਕੇ ਬੜੇ ਸੋਹਣੇ ਬਚਨ, ਨੈ ਨਿੰਦਿਆ ਨੈ ਉਸਤ ਜਾ ਕੇ ਲੋਭ ਮੋਹ ਅਭਮਾਨਾ। ਜਿਹਨੂੰ ਨਾ ਨਿੰਦਿਆ ਪਾਉਂਦੀ ਹੋਵੇ ਨਾ ਉਸਤਤ ਪਾਉਂਦੀ ਹੋਵੇ, ਸੱਚ ਜਾਣਿਓ ਜਿਹੜਾ ਮਿੱਠਾ ਖਾਣਾ ਹੈ ਉਹ ਹਰ ਇੱਕ ਦਾ ਦਿਲ ਕਰਦਾ ਹੈ। ਮੇਰੀ ਲੋਕ ਉਸਤਤ ਕਰਨੇ ਮਿੱਠਾ ਖਾਣਾ ਹੈ। ਆਖੋ ਵਾਹਿਗੁਰੂ। ਜੇ ਨਿੰਦਿਆ ਹੋ ਜਾਏ ਅਤੇ ਕੌੜਾ ਕੌੜਾ ਕੁੜੱਤਣ ਪਾਵੇ ਬਾਣੀ, ਮਿੱਠਾ ਖਾਧਾ ਚਿੱਤ ਨਾ ਆਵੇ, ਜਿੰਨੀ ਮਰਜ਼ੀ ਕਰੀ ਜਾਓ ਨਹੀਂ ਪਤਾ ਲੱਗਦਾ ਕਿਸੇ ਦੀ ਉਸਤਤ, ਜਿੰਨੀ ਮਰਜ਼ੀ ਕਰੀ ਜਾਓ ਉਹ ਥੱਕਦਾ ਨਹੀਂ। ਉਹ ਨਹੀਂ ਕਹਿੰਦਾ ਬਸ ਕਰ, ਕਿਸੇ ਨੂੰ ਕੌੜਾ ਕਹਿ ਕੇ ਵੇਖੋ, ਕਹਿੰਦਾ ਭਾਅ ਜੀ ਬਸ ਬਹੁਤ ਜਰ ਲਿਆ ਮੈਂ। ਕਹਿੰਦਾ ਕਿ ਨਹੀਂ ਕੀ ਬਹੁਤ ਜਰ ਲਿਆ ਮੈਂ, ਤੁਸੀਂ ਬੜੀਆਂ ਗੱਲਾਂ ਕਰਦੀ। ਅਤੇ ਜੇ ਉਹਨੂੰ ਆਖੀ ਜਾਓ ਤੇਰੇ ਵਰਗਾ ਚੰਗਾ ਕੋਈ ਨਹੀਂ, ਤੇਰੇ ਵਰਗਾ ਚੰਗਾ ਕੋਈ ਨਹੀਂ, ਭਾਵੇਂ ਸਾਰਾ ਦਿਨ ਕਰਦੇ ਰਹੋ, ਸਾਰੀ ਦੁਨੀਆ ਕਰਦੀ ਰਹੇ, ਇਹ ਚੰਗਾ ਲੱਗਦਾ ਹੈ। ਮਿੱਠਾ ਖਾਧਾ ਚੇਤਨਾ ਬਾਣੀ ਹੈ ਜੀ, ਮਿੱਠਾ ਖਾਧਾ ਚੇਤਨਾ ਆਵੇ। ਕਿੰਨਾ ਕੁ ਖਾ ਲਿਆ ਚੇਤੇ ਹੀ ਨਹੀਂ, ਮਗਰ ਕੌੜਾ ਕੁੜੱਤਣ ਪਾਵੇ। ਕੌੜੇ ਬੋਲ ਜਿਹੜੇ ਨੇ ਅੰਦਰ ਕੁੜੱਤਣ ਮਾਰ ਕੇ, ਉਹਦੇ ਲਈ ਜਿਹੜਾ ਅਜੇ ਥੱਲੇ ਤੁਰਿਆ ਫਿਰਦਾ ਹੈ। ਮਿੱਠਾ ਅਤੇ ਕੌੜਾ ਇੱਕ ਥਾਂ ਬਾਣੀ 'ਚ ਲਿਖਿਆ, ਮਿੱਠਾ ਕੌੜਾ ਦੋਵੇਂ ਰੋਗ ਨਹੀਂ। ਬੋਲੋ ਫਿਰ, ਮੇਰੇ ਕਹਿਣ 'ਤੇ ਰਿਪੀਟ ਕੀਤਾ ਜਾ ਕਿ ਖੋਪਰੀ 'ਚ ਵੀ ਵੜ ਗਈ ਗੱਲ? ਮਿੱਠਾ ਅਤੇ ਉਸਤਤ ਅਤੇ ਨਿੰਦਿਆ ਦੋਨੋਂ ਹੀ ਰੋਗ ਨੇ। ਇੱਥੇ ਵੀ ਕਹਿੰਦੇ ਨੈ ਨਿੰਦਿਆ ਨੈ ਉਸਤਤ ਜਾ ਕੇ ਲੋਭ ਮੋਹ ਅਭਮਾਨਾ, ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ। ਉਹ ਵੀ ਰਜਾਈ 'ਚ ਲੱਤਾਂ ਪਾ ਕੇ ਬਹਿ ਸਕਦਾ ਸੀ, ਪੋਤਰਿਆਂ ਨਾਲ ਖੇਡ ਸਕਦਾ ਸੀ, ਖੇਡ ਸਕਦਾ ਕਿ ਨਹੀਂ ਬੋਲੋ?
ਅੱਖ ਵਾਹਿਗੁਰੂ। ਉਹ ਵੀ ਵੱਡੀ ਆਸ ਰੱਖ ਸਕਦਾ ਸੀ ਵੀ ਚਲੋ ਹੁਣ ਤੇ ਪੁੱਤ 10 ਸਾਲ ਦਾ ਵੱਡਾ ਹੋਊ, ਵਿਆਹਾਂਗੇ, ਪੋਤਰੇ ਹੋਣਗੇ, ਪੋਤਰੀਆਂ ਹੋਣਗੀਆਂ, ਪਰਿਵਾਰ ਹੋਊ, ਆਪਾਂ ਵੀ ਵਿਆਹ ਕਰਾਂਗੇ, ਆ ਉਹਦੇ ਸਿੰਘ ਮੇਰੇ ਕੋਲ ਆਖਿਆ ਕਰਾਂਗੇ। ਮਗਰ ਨਹੀਂ, ਇਹਦੇ ਤੋਂ ਸੁਰਤ ਉਹਦੀ ਉੱਤੇ ਉੱਠੀ ਸੀ, ਉਹ ਆ ਤੇਗ ਬਹਾਦਰ ਸਿਮਰੀਏ, ਤੇਗ ਬਹਾਦਰ ਸਿਮਰੀਏ, ਤੇ ਬਾਬਾ ਤੇਗ ਬਹਾਦਰ ਸਿਮਰੀਏ, ਬਾਬਾ ਤੇਗ ਬਹਾਦਰ ਸਿਮਰੀਏ, ਬਾਬਾ ਕਰ ਨੌਨ ਦਿਆਵੈ ਤਾਏ, ਕਰ ਨੌਨ ਦਿਆਵੈ ਤਾਏ, ਕਰ ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਹਰਖ ਸੋਗ ਤੇ ਨਹਿ ਨਿਆਰੋ, ਨਾਹੇ ਮਾਨ ਅਪਮਾਨਾ, ਮਾਨ ਅਪਮਾਨ ਤੋਂ ਤਾਂ ਉੱਚੀ ਟੀਵੀ ਜਿਹੜੀ ਸੁਰਤ ਸੀ ਉਹਦਾ ਨਾਮ ਸੀ ਗੁਰੂ ਤੇਗ ਬਹਾਦਰ ਸਾਹਿਬ। ਆਸਾ ਮਨਸਾ ਸਗਲ ਤਿਆਗੇ, ਇਹ ਨਵੇਂ ਪਾਤਸ਼ਾਹ ਦੇ ਅੰਮ੍ਰਿਤ ਵਚਨ ਨੇ, ਪਤਾ ਹੈ ਨਾ ਸੋਠ ਮਹੱਲਾ ਨਵਾਂ। ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ, ਜਗ ਦੀਆਂ ਵਾਸ਼ਨਾ ਤੋਂ ਨਿਰਾਸ਼ ਹੋ ਕੇ ਸੁਰਤ ਰਵੇ। ਕਾਮ ਕਰੋਧ ਜਿਹੇ ਪਰਸੇ ਨਾਹਿਨ, ਧਿਆਨ ਦਿਓ ਜਰਾ, ਇਹ ਮੁਕਤ ਪੁਰਸ਼ ਦੀ ਨਿਸ਼ਾਨੀ ਹੈ। ਕਿਹਦੀ? ਜਿਹੜਾ ਮੁਕਤ ਹੋ ਚੁੱਕਿਆ ਹੈ ਉਹਦੀ ਨਿਸ਼ਾਨੀ ਹੈ। ਕਾਮ ਕਰੋਧ ਜੈ ਪਰਸੇ ਨਾਹਿਨ ਤਿਹੇ ਘੱਟ, ਇਹ ਨਿਸ਼ਾਨੀ ਹੈ। ਬ੍ਰਹਮਨ ਵਾਸਾ, ਜਿਹਦੇ ਅੰਦਰ ਇਹ ਚੀਜ਼ਾਂ ਵੜਦੀਆਂ ਹੀ ਨਹੀਂ, ਉਸਤਤ ਨਿੰਦਿਆ ਮਾਨ ਅਪਮਾਨ ਕਾਮ ਕਰੋਧ, ਜਿਹਨੂੰ ਪਰਸਦੇ ਵੀ ਨਹੀਂ, ਤਿਹ ਘੱਟ ਬ੍ਰਹਮ। ਹੁਣ ਗੰਦੀ ਜਗ੍ਹਾ 'ਤੇ ਰੱਬ ਨੇ ਵੀ ਨਹੀਂ ਨਾ ਬਹਿਣਾ, ਰੱਬ ਨੇ ਵੀ ਪਹਿਲਾਂ ਵੇਖਣਾ ਵੀ ਜਿਹੜੇ ਪਲੰਘ 'ਤੇ ਮੈਂ ਬਹਿਣਾ, ਜੇ ਸੈਫਦੀਨ ਦੇ ਅੰਦਰ ਹੰਕਾਰ ਹੁੰਦਾ ਤਾਂ ਗੁਰੂ ਪਟਿਆਲੇ ਦੇ ਲਾਗੋਂ ਦੀ ਲੰਘ ਜਾਂਦਾ। ਉਹਨੂੰ ਵੇਖ ਪਤਾ ਲੱਗਾ ਜਿੱਥੇ ਇਹਦੇ ਮੰਜੇ ਦੀ ਛੇਜ ਸਾਫ਼ ਹੈ ਉੱਥੇ ਇਹਦੀ ਸੁਰਤ ਦੀ ਵੀ ਛੇਜ, ਅਤੇ ਮੈਂ ਉੱਥੇ ਜਾ ਕੇ ਬਹਿਣਾ। ਅੱਖ ਵਾਹਿਗੁਰੂ ਗੁਰ ਕਿਰਪਾ, ਜਿਹੇ ਨਹੀਂ ਜਿਹੇ ਨਰਕੋ ਕਿੰਨੀ, ਜਿਹਨੇ ਜਿਹਦੇ 'ਤੇ ਗੁਰੂ ਨੇ ਕਿਰਪਾ ਕੀਤੀ, ਇਹ ਜੁਗਤੀ ਸ਼ਬਦ ਆਇਆ ਜੇ, ਆ ਜਿਹੜਾ ਜੋ ਨਰ ਦੁੱਖ ਮੈਂ ਦੁੱਖ, ਇਹ ਜੁਗਤੀ ਜੇ ਰੱਬ ਨੂੰ ਮਿਲਣ ਦੀ, ਅਭੇਦ ਹੋਣ ਦੀ। ਗੁਰ ਕਿਰਪਾ ਜਿਹੇ ਨਰਕੋ ਕਿੰਨੀ, ਤੇ ਇਹ ਜੁਗਤ ਪਛਾਨੀ, ਜਿਹਨੇ ਜੁਗਤੀ ਪਛਾਣ ਲਈ ਨਾਨਕ ਲੀਨ ਪਇਓ, ਉੱਚੀ ਬੋਲੋ, ਜਿਉਂ ਪਾਣੀ ਸੰਗ ਪਾਣੀ, ਜਿਉਂ ਪਾਣੀ, ਜਿਸ ਤਰ੍ਹਾਂ ਪਾਣੀ ਵਿੱਚ ਪਾਣੀ ਪੈ ਕੇ ਭੇਦ ਹੋ ਜਾਂਦਾ ਹੈ, ਇਸ ਤਰ੍ਹਾਂ ਬਾਬਾ ਤੇਗ ਬਹਾਦਰ ਕਹਿੰਦਾ ਜਿਹਨੂੰ ਇਹ ਜੁਗਤੀ ਆ ਜੇ ਉਹ ਰੱਬ ਦੇ ਵਿੱਚ ਭੇਦ ਹੋ ਜਾਂਦਾ ਹੈ। ਮਗਰ ਔਖੀ ਹੈ ਨਾ, ਬੋਲੋ ਜੀ, ਔਖੀ ਹੈ ਨਾ। ਇੱਥੇ ਮਿੱਟੀ ਦਾ ਢੇਲਾ ਪਿਆ ਹੋਵੇ ਅਤੇ ਸੋਨਾ ਚਮਕਣ ਡਿਆ ਹੋਵੇ, ਬੋਲੋ ਵੀ ਬੋਲੋ, ਇੱਕ ਪਾਸੇ ਇੱਕ ਮਿੱਟੀ ਦਾ ਅਤੇ ਇੱਕ ਪਾਸੇ ਸੋਨੇ ਦਾ ਐਡਾ ਵੱਡਾ ਢੇਲਾ ਪਿਆ ਹੋਵੇ, ਲੰਘ ਜਾਓਗੇ? ਲੰਘ ਜਾਓਗੇ? ਲਾਗੋਂ ਦੀ ਮਿੱਟੀ ਨੂੰ ਠੁੱਡ ਮਾਰ ਦੋਗੇ?
ਅਤੇ ਜੇਬ 'ਚ ਹੀ ਨਹੀਂ ਟੈਚੀ 'ਚ ਪਾ ਕੇ ਤਾਲਾ ਵੀ ਲਾਓਗੇ। ਅਜੇ ਸੁਰਤ ਸਾਡੀ ਇੱਥੇ ਖਲੋਤੀ, ਮੇਰੀ ਵੀ, ਮੈਂ ਨਹੀਂ ਕਹਿੰਦਾ ਮੈਂ ਮੁਕਤਾਂ, ਮੇਰੀ ਵੀ। ਇਹ ਤਾਂ ਉਸ ਪੁਰਖ ਦੀ ਆ ਜਿਹੜਾ ਅਭੇਦ ਪੁਰਸ਼ ਆ, ਜਿਹੜਾ ਰੱਬ ਵਿੱਚ ਅਭੇਦ ਹੋ ਗਿਆ। ਗੁਰੂ ਨੇ ਜੇ 'ਤੇ ਕਿਰਪਾ ਕਰੀ, ਤਿੰਨ ਇਹ ਜੁਗਤ ਪਛਾਣੀ, ਇਹ ਜੁਗਤੀ ਉਹਦੀ ਸਮਝ ਵਿੱਚ ਆਈ ਵੀ ਜੋ ਨਰ ਦੁੱਖ ਮੈਂ ਸੁੱਖ ਸੁਨੇਹਾ ਰੁਪਏ ਨਹੀਂ ਜਾ ਕੇ ਕੰਚਨ ਮਾਟੀ, ਐਸੀ ਜੁਗਤੀ। ਅੱਜ ਉਹਦੇ ਸ਼ਬਦ ਦੀ ਉਹ ਵਿਚਾਰ ਕਰ ਲਈਏ, ਗਰੀਬ ਨਵਾਜ ਦਇਆ ਕਰੇ। ਅੱਜ ਬੱਬਾ ਆਇਆ ਹੈ, ਰਾਤੀ ਕੀ ਸੀ, ਅੱਗੇ ਕੀ ਆਉਂਦਾ ਹੈ, ਪੱਕਾ ਸ਼ੋਰ, ਪੱਕਾ ਬੱਬਾ ਆਉਂਦਾ ਨਾ। ਅਤੇ ਸਾਹਿਬ ਜੀ ਅੱਜ ਕਹਿੰਦੇ ਬੱਬੇ ਤੋਂ ਹੱਥ ਜੋੜ ਕੇ ਕਹਿੰਦੇ, ਬਿਨੋ ਸੁਣੋ ਤੁਮ ਪਾਰ ਬ੍ਰਹਮ, ਬੋਲੋ ਦੀਨ ਦਿਆਲ ਗੋਪਾਲ, ਹੇ ਦੀਨਾਂ 'ਤੇ ਦਇਆ ਕਰਨ ਵਾਲੇ ਵਾਹਿਗੁਰੂ ਜੀ, ਮੇਰੀ ਇੱਕ ਬੋਲੋ, ਇੰਨੇ ਸੁਸਤੋ ਇੱਥੇ ਹੀ ਕਹਿ ਦਿਉ, ਉਹ ਵੀ ਬੈਠਾ ਕੋਲ ਹੀ, ਤੁਸੀਂ ਵੀ ਕੋਲ ਬੈਠੇ ਹੋ, ਹੁਣੇ ਪੜ੍ਹਿਆ ਜੇ ਜਿਸ ਪਾਸ ਬੈਠੇ ਹਾਂ ਸੋਈਏ, ਅਤੇ ਫਿਰ ਅਰਦਾਸ ਨਹੀਂ ਕਰਨੀ ਚਾਹੁੰਦੇ, ਕਰੋ ਨਾ ਗੁਰੂ ਕੇ ਸਿੱਖੋ, ਬਿਨੋ ਸੁਣੋ ਤੁਮ ਪਾਰ ਬ੍ਰਹਮ, ਗੱਜ ਕੇ ਬੋਲੋ, ਦੀਨ ਦਇਆਲ ਗੋਪਾਲ, ਹੇ ਧਰਤੀ 'ਤੇ ਜੀਆਂ 'ਤੇ ਦਇਆ ਕਰਨ ਵਾਲਿਆ, ਮੇਰੀ ਇੱਕ ਬੇਨਤੀ ਸੁਣ। ਸਾਹਿਬ ਜੀ ਕਹਿੰਦੇ ਜਿਹਨੇ ਦੋ ਬੇਨਤੀ ਕੀਤੀ, ਸੁੱਖ ਸੰਪੈ ਬਹੁ ਭੋਗ ਰਸ, ਸੁੱਖ ਸੰਪਤੀ ਬੜੇ ਭੋਗ ਬੜੇ ਰਸ, ਉਹਨਾਂ ਨੂੰ ਉਹਨਾਂ 'ਚੋਂ ਨਹੀਂ ਲੱਭਦੇ, ਜਾਇਦਾਦਾਂ 'ਚੋਂ ਨਹੀਂ ਲੱਭਦੇ, ਉਹਨਾਂ ਨੂੰ ਲੱਭਦਾ ਉਹ ਸੁੱਖ ਨਾਨਕ ਸਾਧਰ ਵਾਲ, ਪਤਾ ਲੱਗ ਗਿਆ। ਉਹ ਸੁੱਖ ਅਤੇ ਜਾਇਦਾਦਾਂ ਜਿਹਨਾਂ ਲੋਕਾਂ ਕੋਲ, ਉਹਨਾਂ ਨੂੰ ਰਸ ਨਹੀਂ ਆਇਆ। ਜਿਹਦੇ 'ਤੇ ਕਿਰਪਾ ਹੋ ਗਈ, ਜਿਹਦੀ ਬੇਨਤੀ ਸੁਣੀ ਗਈ, ਉਹ ਕਹਿੰਦਾ ਮਹਾਰਾਜ ਸਾਰੇ ਰਸ ਕਿੱਥੇ ਨੇ, ਸਤਸੰਗਤ ਦੀ ਚਰਨ ਧੂੜ ਵਿੱਚ, ਗੁਰਸਿੱਖਾਂ ਦੀ। ਤਾਂ ਪੰਜਵੇਂ ਪਾਤਸ਼ਾਹ ਨੇ ਕਿਹਾ ਨਾ, ਅੰਤਰਜਾਮੀ ਪੁਰਖ ਵਧਾਤੇ, ਕੀ ਮੰਗਿਆ ਵੀ ਸ਼ਰਦ ਮੌਕੋ ਕਰ, ਸੰਤ ਧੂੜ ਮੰਗੀ। ਇੱਥੇ ਵੀ ਕਹਿੰਦੇ ਜੇ 'ਤੇ ਦਇਆ ਹੋ ਜਾਏ, ਜਿਹਦੀ ਬੇਨਤੀ ਸੁਣ ਲੈ ਤੂੰ, ਇੱਕ ਮਿੰਟ 'ਚ ਉਹਦੀ ਸੁਰਤ ਕਨਵਰਟ ਹੋ ਜਾਂਦੀ, ਫਿਰ ਜ਼ਿਆਦਾ ਤਾਂ ਨਹੀਂ ਮੰਗਦਾ, ਫਿਰ ਪ੍ਰੋਪਰਟੀਆਂ ਨਹੀਂ ਮੰਗਦਾ, ਫਿਰ ਕਹਿੰਦਾ ਮੌਕੋ ਕਰ